पंजाब के सीएम भगवंत मान ने मंगलवार को पटियाला के नवनिर्मित बस स्टैंड का उद्घाटन किया। बस स्टैंड को शाही बनाया गया है। इसमें 4 लिफ्ट, रैंप, सीढ़ियां और 45 काउंटर हैं। सीएम मान ने कहा कि 60 करोड़ रुपए की लागत से तैयार इस बस स्टैंड से 1500 बसें चलेंगी। लोगों को संबोधित करते हुए उन्होंने कांग्रेस, भाजपा और शियद के नेताओं को अहंकारी बताया। उन्होंने कहा कि पुरानी सरकारों के नेताओं का अहंकार इतना अधिक था कि वह मंच पर बैठते समय अपनी जूती भी लोगों की तरफ किया करते थे। लंबे समय बाद पंजाब में विकास कार्य देखे जा रहे हैं। अब रोजाना किसी न किसी नई योजना का उद्घाटन हो रहा है। सरकार लोगों से उनकी समस्याएं पूछ कर समाधान कर रही है। लोग भी दुआएं देते हुए कह रहे हैं कि 20 साल बाद जीरी की पनीरी नहरी पानी से लगती देख रहे हैं। आइए भाषण के दौरान सीएम भगवंत मान ने और क्या क्या कहा सुनाते हैं। असी जदों 2022 दे विच प्रचार कर रहे सी, आपां सारे कर रहे सी, कोई किसे पद्धर ते प्रचार कर रहा सी, कोई किसे पद्धर ते कर रहा सी, कोई रोड शो दे विच मोटरसाइकिल अपना जोड़ के रोड शो दे विच मोटरसाइकलां दी गिणती च वादा कर रहा सी, कोई ट्रैक्टर लेके भी आ गया सी, कोई कारां लेके भी आउंदे सी। ਉਹ ਇਸ ਕਰਕੇ ਆਉਂਦੇ ਸੀ ਕਿ ਸਾਰੇ ਜਾਣੇ ਤੁਸੀਂ ਪੰਜਾਬ ਨੂੰ ਨਵੀਆਂ ਲੀਹਾਂ 'ਤੇ ਦੇਖਣਾ ਚਾਹੁੰਦੇ ਸੀ। ਅਤੇ ਅੱਜ ਮੈਨੂੰ ਲੱਗਦਾ ਹੈ ਇੱਕ ਸਾਲ ਤੁਹਾਡੇ ਦਿਲ ਨੂੰ ਥੋੜ੍ਹੀ ਤਸੱਲੀ ਹੋ ਗਈ ਕਿ ਠੀਕ ਹੀ ਮੋਟਰਸਾਈਕਲ ਲਾਏ ਸੀ, ਠੀਕ ਹੀ ਟਰੈਕਟਰ ਜਿਹੜੇ ਨੇ ਉਹ ਸਹੀ ਕਾਫਲੇ 'ਚ ਹੀ ਲਾਏ ਸੀ, ਕਿਤੇ ਗਲਤ ਮਲਤ ਜਗ੍ਹਾ 'ਤੇ ਸਾਡਾ ਜਿਹੜਾ ਵਾਹਨ ਹੈ ਉਹ ਇਸਤੇਮਾਲ ਨਹੀਂ ਹੋਇਆ। ਅੱਜ ਹਰ ਰੋਜ਼ ਕੋਈ ਨਾ ਕੋਈ ਨਵੀਂ ਯੋਜਨਾ ਦਾ ਉਦਘਾਟਨ ਹੋ ਰਿਹਾ। ਸਰਕਾਰ ਲੋਕਾਂ ਨਾਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਹੀ ਹੈ, ਪਹਿਲੀ ਵਾਰ ਹੋਇਆ। ਸਰਕਾਰ ਲੋਕਾਂ ਨੂੰ ਪੁੱਛ ਕੇ, ਉਹਨਾਂ ਦੀਆਂ ਸਮੱਸਿਆਵਾਂ ਨੂੰ ਪੁੱਛ ਕੇ, ਉਹਨਾਂ ਤੋਂ ਹੀ ਹੱਲ ਪੁੱਛ ਕੇ ਹੱਲ ਕਰ ਰਹੀ ਹੈ। ਵੀਡੀਓ ਆ ਰਹੀਆਂ ਨੇ ਅਬੋਹਰ ਫਾਜ਼ਿਲਕਾ ਤੋਂ, ਉੱਥੋਂ ਦੁਆਵਾਂ ਮਿਲਦੀਆਂ ਨੇ, ਜਿਉਂਦਾ ਰਹਿ ਭਗਵੰਤ ਮਾਨਾ। 20 ਸਾਲਾਂ ਬਾਅਦ ਝੋਨੇ ਦੀ ਪਨੀਰੀ ਨਹਿਰ ਦੇ ਪਾਣੀ ਨਾਲ ਜਿਹੜੀ ਲਾ ਰਹੇ ਹਾਂ ਪਹਿਲੀ ਵਾਰ, ਜਿਹੜੇ ਜਿੱਥੇ ਕਦੇ ਪਾਣੀ ਨਹੀਂ ਪਹੁੰਚਿਆ ਸੀ ਟੇਲਾਂ 'ਤੇ, ਉੱਥੇ ਪਾਣੀ ਪਹੁੰਚ ਗਿਆ ਜੀ। ਕਿਵੇਂ ਪਹੁੰਚ ਗਿਆ ਜੀ? ਨੀਅਤ ਸਾਫ਼ ਹੋਣੀ ਚਾਹੀਦੀ ਹੈ। ਸਰਕਾਰਾਂ ਉਹੀ ਨੇ, ਅਫਸਰ ਉਹੀ ਨੇ, ਧਰਤੀ ਉਹੀ ਹੈ, ਪਾਣੀ ਉਹੀ ਹੈ। ਬਸ ਪਹਿਲਾਂ ਉਹਨਾਂ ਨੇ ਨੱਕੇ ਆਪਣੇ ਘਰ ਵੱਲ ਨੂੰ ਵੱਢ ਰੱਖੇ ਸੀ, ਉਹ ਬੰਦ ਕੀਤੇ ਨੇ। ਬਸ ਖਜ਼ਾਨਾ ਵੀ ਉਹੀ ਹੈ, ਖਜ਼ਾਨੇ ਦੇ ਨੱਕੇ ਵੀ ਉਹਨਾਂ ਵੱਲ ਨੂੰ ਜਾਂਦੇ ਸੀ, ਉਹ ਬੰਦ ਕਰਤੇ ਆਪਾਂ ਨੇ। ਸੋ ਇਸ ਕਰਕੇ ਲੋਕ ਇਸ ਗੱਲੋਂ ਖੁਸ਼ ਨੇ ਕਿ ਸਰਕਾਰ ਇਕੱਲੀ ਇਕੱਲੀ ਗੱਲ 'ਤੇ ਉਹਨਾਂ ਦਾ ਸਾਥ ਦੇ ਰਹੀ ਹੈ। 45 ਇਸ ਬੱਸ ਸਟੈਂਡ 'ਤੇ 45 ਕਾਊਂਟਰ ਨੇ, ਲਗਭਗ ਇੱਕ ਦਿਨ 'ਚ 1500 ਬੱਸਾਂ ਜਾਣਗੀਆਂ। ਲੇਟੈਸਟ ਮਾਡਲ ਦਾ ਬੱਸ ਸਟੈਂਡ ਹੈ ਜੀ, 4 ਲਿਫਟਾਂ ਨੇ, ਜਿਹੜੇ ਕੋਈ ਪਰਮਾਤਮਾ ਵੱਲੋਂ ਕੋਈ ਮਾਰ ਪਈ ਹੈ, ਅਪੰਗ ਵਿਅਕਤੀ ਨੇ, ਅਪਾਹਜ ਵਿਅਕਤੀ ਨੇ, ਉਹਨਾਂ ਲਈ ਰੈਂਪ ਵੀ ਹੈ, ਪੌੜੀਆਂ ਵੀ ਨੇ। ਅਤੇ ਇਹ ਬੱਸ ਅੱਡਾ ਇਹ ਕਮਾਊ ਪੁੱਤ ਬਣੂਗਾ, ਇੱਥੇ ਦੁਕਾਨਾਂ ਵੀ ਖੁੱਲ੍ਹਣਗੀਆਂ, ਇੱਥੇ ਸਭ ਇਸ ਮਾਡਲ ਦਾ ਪਾਣੀ ਪੀਣ ਵਾਲਾ, ਆਮ ਲੋਕਾਂ ਨੂੰ ਫਰੀ ਸਹੂਲਤਾਂ, ਬਹੁਤ ਸ਼ਾਨਦਾਰ ਬਾਥਰੂਮ ਉਹ ਮਿਲਣਗੇ। ਪਹਿਲਾਂ ਸਿਰਫ ਗੰਦ ਜਿਹੜਾ ਸੀ ਉਹ ਬੱਸ ਅੱਡਿਆਂ 'ਤੇ ਹੁੰਦਾ ਸੀ, ਅਸੀਂ ਇਹਨੂੰ ਹੁਣ ਪਟਿਆਲੇ ਤੋਂ ਸ਼ੁਰੂ ਕਰ ਰਹੇ ਹਾਂ। ਇੱਕ ਬੱਸ ਅੱਡਾ ਪਟਿਆਲੇ ਵਾਲਾ ਹੈਗਾ ਜਿਹੜਾ ਹੈਗਾ ਉਹ ਵੀ ਰਹੂਗਾ, ਇੱਕ ਜਿਹੜਾ ਹੁਣ ਨਵਾਂ ਸ਼ੁਰੂ ਕਰ ਰਹੇ ਹਾਂ।
ਸੋ ਪਟਿਆਲੇ ਦੇ ਵਿੱਚ ਇਹ ਮਾਡਰਨ ਬੱਸ ਸਟੈਂਡ ਜਿਹੜਾ ਅੱਜ ਖੁੱਲ੍ਹਿਆ 60 ਕਰੋੜ ਦੇ ਲਗਭਗ ਪੈਸਾ ਲੱਗਿਆ, 8.25 ਏਕੜ ਜ਼ਮੀਨ ਹੈ। ਜੋ ਵੀ ਹੋਰ ਕਈ ਗੱਲਾਂ ਇਹ ਹੁੰਦੀਆਂ ਨੇ ਨਾ, ਮਸ਼ੀਨਰੀ ਨੂੰ ਵਰਤੇ ਤੋਂ ਪਤਾ ਲੱਗਦਾ ਹੁੰਦਾ, ਕਈ ਬੱਸ ਅੱਡਾ ਚੱਲਣ ਤੋਂ ਬਾਅਦ ਸ਼ਾਇਦ ਕੋਈ ਇਸ ਤਰ੍ਹਾਂ ਦੀਆਂ ਕਮੀਆਂ ਸਾਹਮਣੇ ਆਉਣ, ਉਹ ਨਾਲ ਦੀ ਨਾਲ ਪੂਰੀਆਂ ਕਰਾਂਗੇ ਕਿ ਅੱਛਾ ਜੀ ਇਹ ਹੋ ਗਿਆ, ਇਹਦੇ ਨਾਲ ਬੱਸਾਂ ਨੂੰ ਇੱਥੇ ਜਾਮ ਲੱਗਦਾ ਹੈ, ਜਾਂ ਬੱਸਾਂ ਨੂੰ ਇੱਥੇ ਖੜ੍ਹਨ ਦੇ ਵਿੱਚ ਦਿੱਕਤ ਆਉਂਦੀ ਹੈ, ਜਾਂ ਫਿਰ ਇੱਥੇ ਰਸ਼ ਹੋ ਜਾਂਦਾ ਜੀ, ਜਾਂ ਜੀ ਆ ਕੋਈ ਜਿਹੜੀ ਹੈ ਬੱਸ ਨੂੰ ਕੋਈ ਦਿੱਕਤ ਆਉਂਦੀ ਹੈ ਨਿਕਲਣ ਵੇਲੇ, ਉਹ ਸਾਰੀਆਂ ਆਪਾਂ ਪੂਰੀਆਂ ਕਰਾਂਗੇ। ਡਰਾਈਵਰਾਂ ਕੰਡਕਟਰਾਂ ਵਾਸਤੇ ਵਿਸ਼ੇਸ਼ ਤੌਰ 'ਤੇ ਥਾਂ ਬਣਾਈ ਹੋਈ ਹੈ, ਕਿਉਂਕਿ ਉਹਨਾਂ ਨੇ ਬੱਸ ਲੈ ਕੇ ਜਾਣੀ ਹੈ, ਇੱਥੋਂ 6 ਘੰਟੇ 7-7 ਘੰਟਿਆਂ ਦੀ ਡਰਾਈਵ ਹੈ, ਉਹਨਾਂ ਦੀ ਪ੍ਰੋਪਰ ਆਰਾਮ ਕਰਨਾ ਜ਼ਰੂਰੀ ਹੈ। ਅੱਧੇ ਐਕਸੀਡੈਂਟ ਇਸ ਕਰਕੇ ਹੁੰਦੇ ਆ ਕਿ ਡਰਾਈਵਰਾਂ ਨੂੰ ਰੈਸਟ ਨਹੀਂ ਮਿਲਦੀ, ਪ੍ਰੋਪਰ ਨੀਂਦ ਨਹੀਂ ਪੂਰੀ ਹੁੰਦੀ, ਸਟੇਅਰਿੰਗ 'ਤੇ ਸੌਂ ਜਾਂਦੇ ਆ, ਕਿਸੇ ਦਾ ਨਹੀਂ ਦਿਲ ਕਰਦਾ ਹੁੰਦਾ ਐਕਸੀਡੈਂਟ ਕਰਨ ਨੂੰ। ਡਰਾਈਵਰ ਸਭ ਤੋਂ ਪਹਿਲਾਂ ਆਪ ਹੁੰਦਾ, ਜੇ ਐਕਸੀਡੈਂਟ ਹੋਊਗਾ ਸਭ ਤੋਂ ਮੂਹਰੇ ਉਹ ਆਪ ਹੁੰਦਾ। ਸੋ ਇਸ ਕਰਕੇ ਪ੍ਰੋਪਰ ਉਹਨਾਂ ਦੇ ਰੈਸਟ ਦਾ ਪ੍ਰਬੰਧ ਹੈ, ਖਾਣ ਪੀਣ ਦਾ ਪ੍ਰਬੰਧ ਹੈ। ਇਸ ਤਰ੍ਹਾਂ ਦੇ ਬੱਸ ਅੱਡੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ 'ਚ ਦੇਖੋਗੇ, ਅਤੇ ਪਟਿਆਲੇ ਵਾਲੇ ਅੱਡੇ ਨੂੰ ਅਸੀਂ ਰੋਲ ਮਾਡਲ ਬਣਾਉਣਾ ਚਾਹੁੰਦੇ ਹਾਂ ਸਾਰਿਆਂ ਲਈ, ਕਿ ਅਸੀਂ ਕਹਿ ਕੇ ਆਇਆ ਕਰਾਂਗੇ ਕਿ ਉੱਥੇ ਦੇਖ ਕੇ ਆਓ। ਜਲੰਧਰ ਦੇ ਵਿੱਚ ਜ਼ਿਕਰ ਹੋਇਆ, ਜਲੰਧਰ ਦੇ ਵਿੱਚ ਮੈਨੂੰ ਲੋਕ ਕਹਿੰਦੇ, ਪੱਤਰਕਾਰ ਕਹਿੰਦੇ, ਜਲੰਧਰ ਦੇ ਵਿੱਚ ਵੋਟਾਂ ਕਿਹਨੂੰ ਪਈਆਂ ਨੇ? ਮੈਂ ਕਿਹਾ ਜੀ ਵੋਟਾਂ ਬਿਜਲੀ ਦੇ ਬਿੱਲਾਂ ਨੂੰ ਪਈਆਂ ਨੇ, ਵੋਟਾਂ ਸਕੂਲਾਂ ਨੂੰ ਪਈਆਂ ਨੇ, ਵੋਟਾਂ ਮੁਹੱਲਾ ਕਲੀਨਿਕਾਂ ਨੂੰ ਪਈਆਂ ਨੇ, ਵੋਟਾਂ ਸੜਕਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ, ਪੁਲਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਪਈਆਂ ਨੇ, ਵੋਟਾਂ ਵਪਾਰੀਆਂ ਦੇ ਵਪਾਰ ਨੂੰ ਵਧਾਉਣ ਵਾਸਤੇ ਪਈਆਂ ਨੇ, ਵੋਟਾਂ ਕਿਸਾਨਾਂ ਦੀਆਂ ਪਈਆਂ ਨੇ, ਜਿਨ੍ਹਾਂ ਨੂੰ ਫਸਲ ਹਜੇ ਮਰੀ ਪਈ ਸੀ, ਨਹੀਂ ਸੀ ਖੇਤਾਂ 'ਚੋਂ, ਜਿਨ੍ਹਾਂ ਦੇ ਪੈਸੇ ਘਰਾਂ 'ਚ ਪਹੁੰਚ ਗਏ, ਵੋਟਾਂ ਉਹਨਾਂ ਦੀਆਂ ਪਈਆਂ, ਵੋਟਾਂ ਮਜ਼ਦੂਰਾਂ ਦੀਆਂ ਪਈਆਂ, ਵੋਟਾਂ ਗਰੀਬਾਂ ਦੀਆਂ ਪਈਆਂ, ਜਿਹੜੇ ਕਹਿੰਦੇ ਸਾਨੂੰ ਨੌਕਰੀਆਂ ਮਿਲਣ ਲੱਗ ਗਈਆਂ ਉਹਨਾਂ ਨੂੰ ਵੋਟਾਂ ਪਈਆਂ, ਕਹਿੰਦੇ ਦੂਜਿਆਂ ਨੂੰ ਕਿਉਂ ਨਹੀਂ ਪਈਆਂ? ਮੈਂ ਕਿਹਾ ਉਹਨਾਂ ਨੇ ਕਿਸੇ ਨਾਂ 'ਤੇ ਮੰਗੀਆਂ? ਉਹਨਾਂ ਨੇ ਵੋਟਾਂ ਮੰਗੀਆਂ ਜਾਤੀ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ, ਬਰਾਦਰੀ ਦੇ ਆਧਾਰ 'ਤੇ। ਅਸੀਂ ਵੋਟਾਂ ਮੰਗੀਆਂ ਪੰਜਾਬ ਨੂੰ, ਕਿ ਪੰਜਾਬ ਵਾਸਤੇ ਕੰਮਾਂ ਵਾਸਤੇ ਵੋਟਾਂ ਪਾਓ। ਮੈਂ ਕਿਹਾ ਸੀ ਕਿ ਜੇ ਜਲੰਧਰ ਸੀਟ ਜਿੱਤ ਜਾਂਦੇ ਹਾਂ ਦੁੱਗਣਾ ਚੌਗਣੇ ਹੌਸਲੇ ਨਾਲ ਕੰਮ ਕਰੂੰਗਾ, ਉਸੇ ਦੁੱਗਣੇ ਚੌਗਣੇ ਹੌਸਲੇ ਨਾਲ ਕੰਮ ਕਰ ਰਹੇ ਹਾਂ। ਹਜੇ ਸਾਡੇ ਐਮ ਪੀ ਨੇ ਜਲੰਧਰ ਤੋਂ ਸਹੁੰ ਨਹੀਂ ਚੱਕੀ, ਕੱਲ੍ਹ ਨੂੰ ਕੈਬਨਿਟ ਉੱਥੇ ਰੱਖ ਕੇ ਪੂਰੀ ਸਰਕਾਰ ਜਿਹੜੀ ਹੈ ਜਲੰਧਰ ਬੈਠੂ, ਜੋ ਜੋ ਮਹੀਨੇ ਡੇਢ ਮਹੀਨੇ ਸਾਨੂੰ ਮੰਗ ਪੱਤਰ ਮਿਲੇ, ਇਕੱਲੇ ਇਕੱਲੇ ਮੰਗ ਪੱਤਰ ਦਾ ਉਹਨਾਂ ਨਾਲ ਗੱਲ ਕਰਕੇ ਉਹਦਾ ਪੂਰਾ ਕਰਾਂਗੇ ਜੀ। ਮੈਂ ਕਹਿੰਦਾ ਦੂਜੀਆਂ ਪਾਰਟੀਆਂ ਵੀ ਇਹ ਸਿੱਖ ਜਾਣ, ਲੋਕ ਵੋਟਾਂ ਪਾ ਦੇਣਗੇ ਉਹਨਾਂ ਨੂੰ, ਉਹ ਤਾਂ ਆਪਸ 'ਚ ਲੜਦੇ ਫਿਰਦੇ ਆ, ਉਹ ਤਾਂ ਇੱਕ ਦੂਜੇ ਦੀ ਲੱਤਾਂ ਖਿੱਚਦੇ ਫਿਰਦੇ ਆ। ਸੋ ਇਸ ਕਰਕੇ ਹੁਣ ਕਿੱਧਰ ਗਏ ਉਹ, ਬੋਲਦੇ ਕਿਉਂ ਨਹੀਂ ਹੁਣ? ਪਹਿਲਾਂ ਜੋ ਕੂੜ ਪ੍ਰਚਾਰ ਮੇਰੇ ਵਿਰੁੱਧ, ਜਿਹੜਾ ਆਉਂਦਾ ਭਗਵੰਤ ਮਾਨ ਨੂੰ ਗਾਲਾਂ ਕੱਢਣ ਲੱਗ ਜਾਓ, ਅਤੇ ਫਿਰ ਮੇਰੇ ਵਿਰੁੱਧ, ਮੈਂ ਤਾਂ ਗਾਲਾਂ ਦਾ ਕਦੇ ਜਵਾਬ ਦਿੱਤਾ ਨਹੀਂ। ਮੇਰੇ ਵੱਲੋਂ ਜਵਾਬ 3,05,000 ਲੋਕਾਂ ਨੇ ਦਿੱਤਾ ਕਿ ਭਗਵੰਤ ਮਾਨ ਨਾਲ ਇਕੱਲਾ ਤੇਰੇ ਨਾਲ। ਹੁਣ ਕਹਿੰਦੇ ਇਹ ਤਾਂ ਬਾਈ ਇਲੈਕਸ਼ਨ ਤਾਂ ਇਹਨਾਂ ਦੀ ਹੁੰਦੀ ਹੈ, ਸਰਕਾਰ ਦੀ ਹੁੰਦੀ ਹੈ, ਇਹ 'ਚ ਕਿਹੜੀ ਗੱਲ ਹੈ? ਹੱਦ ਹੈ ਯਾਰ, ਪਹਿਲਾਂ ਕਹਿੰਦੇ ਸੀ ਸੈਮੀ ਫਾਈਨਲ ਹੈ, ਹੁਣ ਕਿੱਧਰ ਗਏ?
ਉਹ ਲੋਕ ਜਵਾਬ ਦਿੰਦੇ ਆ ਜੀ, ਮੈਂ ਕੌਣ ਆ ਜਵਾਬ ਦੇਣ ਵਾਲਾ, ਮੇਰੀ ਔਕਾਤ ਕੀ ਹੈ? ਲੋਕ ਵੱਡੇ ਨੇ, ਇਹ ਅਸੀਂ ਤਾਂ ਰੋਡ ਸ਼ੋਅ ਕਰਦੇ ਸੀ, ਕੋਈ ਬਜ਼ੁਰਗ, ਕੋਈ ਮਾਂ, ਕੋਈ ਬਾਪੂ, ਕੋਈ ਹਾਰ ਪਾਉਣਾ ਚਾਹੁੰਦਾ ਸੀ ਤਾਂ ਮੈਂ ਗੱਡੀ ਤੋਂ ਥੱਲੇ ਵੀ ਉਤਰ ਜਾਂਦਾ ਸੀ, ਮੈਂ ਨੀਵਾਂ ਹੋ ਕੇ ਹਾਰ ਪਵਾ ਲੈਂਦਾ ਸੀ। ਇਹ ਐਡਾ ਹੰਕਾਰ ਇਹਨਾਂ 'ਚ, ਬੀਜੇਪੀ ਵਾਲਿਆਂ 'ਚ, ਕਾਂਗਰਸ ਵਾਲਿਆਂ 'ਚ, ਅਕਾਲੀ ਵਾਲਿਆਂ 'ਚ, ਸਟੇਜ 'ਤੇ ਬਹਿੰਦੇ ਆ, ਲੱਤੇ ਲੱਤ ਧਰ ਕੇ ਜੁੱਤੀ ਲੋਕਾਂ ਵੱਲ ਹੁੰਦੀ ਹੈ। ਜੇ ਤੁਸੀਂ ਲੋਕਾਂ ਨੂੰ ਜੁੱਤੀ ਦਿਖਾਓ, ਲੋਕਾਂ ਕੋਲ ਵੀ ਮੌਕਾ ਹੁੰਦਾ, ਫਿਰ ਉਹ ਆਪਣਾ ਰੰਗ ਦਿਖਾ ਦਿੰਦੇ ਆ। ਫਿਰ ਐਡੇ ਐਰੋਗੈਂਟ ਨੇ, ਐਡੇ ਇਹਨਾਂ ਦੇ ਮਤਲਬ ਦਿਮਾਗ ਖਰਾਬ ਹੋਏ ਹੋਏ ਨੇ ਕਿ ਅਸੀਂ ਜਿੱਦੇ ਹੁੰਦੇ ਹਾਂ, ਇਹ ਤਾਂ 50 ਸਾਲ ਤੋਂ ਸੀਟ ਸਾਡੀ ਹੈ, ਸਾਨੂੰ ਹੀ ਪਾਉਣੀਆਂ ਪੈਂਦੀਆਂ ਨੇ। ਕਿਉਂ ਤੁਹਾਨੂੰ ਕਿਉਂ ਪਾਉਣੀਆਂ ਪੈਂਦੀਆਂ ਵੋਟਾਂ? ਵੀ ਰਜਿਸਟਰੀ ਕਰਾ ਲਈ ਅਸੀਂ। ਉਹ ਕਾਂਗਰਸ ਵਾਲੇ, ਉਹਨਾਂ ਨੂੰ ਮੈਂ ਕਿਹਾ ਤੁਸੀਂ ਬਾਕੀ 24 ਛੱਡੋ, ਤੁਸੀਂ ਪਹਿਲਾਂ ਇਹ ਦੇਖੋ 2022 'ਚ ਜਿਹੜੇ ਤੁਹਾਡੇ 5 ਜਿੱਤੇ ਸੀ, ਜਲੰਧਰ ਤੋਂ 5-5 ਹਾਰ ਗਏ, ਹੁਣ 18-13 ਰਹਿ ਗਏ। ਜੇ ਰੱਬ ਨਾ ਕਰੇ ਕੋਈ ਹੋਰ, ਇਹ 5-7 ਰਹਿ ਜਾਣੇ ਆ। ਆ ਇਹਨਾਂ ਦਾ ਕਿਰਦਾਰ ਹੈ, ਜੋ ਗਾਲਾਂ ਕੱਢਣ ਲੱਗੇ ਉਹਦੇ ਨਾਲ ਮੁੱਦਿਆਂ ਦਾ ਕੋਈ ਸੰਬੰਧ ਹੈ? ਅਤੇ ਮੈਨੂੰ ਸਮਝ ਨਹੀਂ ਆਉਂਦੀ ਹੁਣ ਕਿੱਥੇ ਨੇ ਉਹ। ਕੋਈ ਕਹਿੰਦਾ ਸੀ ਤੈਨੂੰ ਮੈਂ ਦੱਬੂ, ਓਏ ਉਹ ਇਹ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕਰਦੇ। ਕੋਈ ਅਹੁਦੇ ਦਾ ਕੋਈ ਉਹ ਹੋਵੇ, ਕੋਈ ਅਹੁਦੇ ਦੀ ਗਰਮਾ ਹੋਵੇ, ਕਿਉਂਕਿ ਉਹਨਾਂ ਸਕੂਲਾਂ 'ਚ ਪੜ੍ਹੇ ਹੀ ਨਹੀਂ ਜਿੱਥੇ ਤੁਸੀਂ ਆਪ ਜੀ ਸਿਖਾਇਆ ਜਾਂਦਾ, ਇਹ ਤਾਂ ਤੂੰ ਤੜਾਕ ਵਾਲੇ ਨੇ। ਸੋ ਵੀਰੋ, ਇਹ ਤੁਹਾਡਾ ਪਿਆਰ ਜਿਹੜਾ ਥੱਕਣ ਨਹੀਂ ਦਿੰਦਾ, ਅਗਲੇ ਦਿਨ ਤੋਂ ਕੰਮ ਫਿਰ ਸ਼ੁਰੂ ਕਰਤਾ। ਨਹੀਂ ਤਾਂ ਇਹ ਹੁੰਦੇ ਕਿਤੇ ਇਹ ਜਿੱਤੇ ਹੁੰਦੇ, 2-3 ਮਹੀਨੇ ਅਤਸ਼ਬਾਜ਼ੀਆਂ 'ਚ ਲਾਈ ਜਾਂਦੇ। ਉਹ ਭਾਈ ਖੁਸ਼ੀ ਮਨਾਉਣੀ ਹੈ, ਲੋਕ ਮਨਾਉਣ। ਜਦੋਂ ਖੁਸ਼ੀ ਆਵੇ ਕੌਮ 'ਤੇ ਕੋਈ, ਤਾਂ ਲੋਕਾਂ ਨੂੰ ਅੱਗੇ ਕਰ ਦਿਉ, ਆਪ ਪਿੱਛੇ ਹੋ ਜਾਓ, ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਉ। ਜਦੋਂ ਕੋਈ ਕੌਮ 'ਤੇ ਭੀੜ ਪਵੇ, ਆਪ ਅੱਗੇ ਹੋ, ਲੋਕਾਂ ਨੂੰ ਕਹੋ ਕਿ ਆਓ ਆਪਾਂ ਇਸ ਸਮੱਸਿਆ ਦਾ ਹੱਲ ਨਾਲ ਸਾਹਮਣਾ ਕਰੀਏ। ਸੋ ਇਸ ਕਰਕੇ ਮੈਂ ਤਾਂ ਉੱਥੇ ਬੈਠਾ, ਮੈਂ 10 ਦਿਨ ਉੱਥੇ ਜਲੰਧਰ ਲਾਏ, ਮੈਨੂੰ ਤਾਂ ਪਤਾ ਲੱਗ ਗਿਆ ਸੀ ਬੱਦਲਬਾਈ ਦਾ ਵੀ ਇਹ ਤਾਂ ਕੰਮ ਖਰਾਬ ਹੋਊ ਇੱਥੇ, ਮੈਨੂੰ ਪਤਾ ਇਹਨਾਂ ਦਾ, ਕਿਉਂਕਿ ਲੋਕ ਦੱਸ ਦਿੰਦੇ ਆ ਜੀ, ਲੋਕਾਂ ਦੇ ਨਾਰਾ ਲਾਉਣ ਦਾ ਤਰੀਕਾ, ਲੋਕਾਂ ਦਾ ਬੋਲਣ ਦਾ ਤਰੀਕਾ, ਲੋਕਾਂ ਦੀਆਂ ਅੱਖਾਂ ਦੱਸ ਦਿੰਦੀਆਂ ਜੀ। ਜਦੋਂ ਟਰੈਕਟਰ ਦੇ ਥੱਲੋਂ ਇੱਕ, ਮੈਂ ਆਦਮਪੁਰ ਤੋਂ ਆ ਰਿਹਾ ਸੀ, ਚਲੋ ਪਤਾ ਲੱਗ ਗਿਆ ਜਾਂਦਾ ਜੇ ਪੁਲਿਸ ਲੱਗੀ ਹੁੰਦੀ ਹੈ ਕਿ ਇੱਥੋਂ ਦੀ ਲੰਘਣਾ, ਅਤੇ ਜਦੋਂ ਕਾਫਲਾ ਜਿਹਾ ਲੰਘਿਆ, ਟਰੈਕਟਰ ਦੇ ਥੱਲੋਂ ਇੱਕ ਮਿਸਤਰੀ ਨਿਕਲਿਆ, ਥੱਲੇ ਵੜਿਆ ਹੋਇਆ ਸੀ ਟਰੈਕਟਰ ਦੇ, ਇੱਕ ਹੱਥ 'ਚ ਗਰੀਸ ਦਾ ਡੱਬਾ, ਇੱਕ ਹੱਥ 'ਚ ਪਾਨਾ। ਉਹਨੇ ਕਿਹਾ, ਮੈਂ ਕਿਹਾ ਲੈ ਇਹ ਗਰੀਸ ਕਰਨਗੇ ਸਾਰਿਆਂ ਨੂੰ, ਬਾਕੀਆਂ ਦੇ ਕਰਤਾ ਦੇ ਤਾ ਗਰੀਸ ਸਾਰਿਆਂ ਨੂੰ, ਸਭ ਜਾਮ ਹੋਏ, ਬੈਰਿੰਗ ਚੱਲ ਪਏ, ਚਲੋ ਜੀ ਸ਼ਾਬਾਸ਼। ਪਬਲਿਕ ਹੈ ਜੀ, ਲੋਕ ਹੈ, ਮੈਂ ਫਿਰ ਕਹੀ ਜਾਂਦਾ ਲੋਕ ਹੈ, ਲੋਕ ਵੱਡਿਆ ਹੋਏ, ਲੋਕ ਵੱਡਿਆ ਮੰਨਦੇ ਹੀ ਨਹੀਂ, ਕਦੇ ਨਾ ਕਦੇ ਤਾਂ ਮੰਨਣਗੇ, ਦੇਖਦੇ ਜਾਓ ਤੁਸੀਂ। ਇਹਨਾਂ ਨੂੰ ਇਹੀ ਦਿੱਕਤ ਹੈ ਵੀ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਨੇ ਉਹ ਕਿਉਂ ਬਣ ਗਏ, ਉਹ ਕਿਉਂ ਮੁੱਖ ਮੰਤਰੀ, ਕਿਉਂ ਮੰਤਰੀ ਬਣ ਗਏ ਆਮ ਘਰਾਂ ਦੇ ਧੀਆਂ ਪੁੱਤ? ਇੱਥੇ ਸਾਡੇ ਧੀਆਂ ਪੁੱਤ ਹੁੰਦੇ ਸੀ, ਉਹਨਾਂ ਦੀ ਵਾਰੀ ਕੱਟੀ ਗਈ। ਸੋ ਇਸ ਕਰਕੇ ਹੁਣ ਅਸੀਂ ਕੀ ਕਰ ਸਕਦੇ? ਝੋਨੇ ਦਾ ਬੜੇ ਵਧੀਆ ਤਰੀਕੇ ਨਾਲ 4 ਭਾਗਾਂ 'ਚ ਵੰਡਿਆ ਪੰਜਾਬ ਨੂੰ, 10 ਜੂਨ ਤੋਂ
ਪਾਰਲੀ ਜਿਹੜੇ ਪਾਰਲੇ ਤਾਰ ਤੋਂ ਪਾਰਲੇ ਜਿਹੜੇ ਖੇਤ ਨੇ ਉਹਨਾਂ ਨੂੰ 16 ਜੂਨ ਤੋਂ 7 ਜ਼ਿਲ੍ਹੇ ਪੰਜਾਬ ਦੇ ਪਹਿਲੇ, 19 ਜੂਨ ਤੋਂ ਅਗਲੇ 7, 21 ਜੂਨ ਤੋਂ ਅਗਲੇ 9 ਝੋਨਾ ਇੱਦਾਂ ਲਾਵਾਂਗੇ। ਪਿਛਲੀ ਵਾਰ ਲਾ ਗਿਆ, ਇਹਦੇ ਨਾਲ ਕੀ ਹੋਊਗਾ? ਨਾਲੇ ਤਾਂ ਬਿਜਲੀ ਇੱਕਦਮ ਨਹੀਂ ਦੇਣੀ ਪਊਗੀ। ਤੁਸੀਂ ਦੇਖਦੇ ਹੋਵੋਗੇ ਮੈਚ ਚੱਲਦੇ ਆ IPL ਦੇ ਲਾਈਟਾਂ 'ਚ, ਸਟੇਡੀਅਮ 'ਚ, ਉਹ ਸਾਰੀਆਂ ਲਾਈਟਾਂ ਇਕੱਠੀਆਂ ਥੋੜ੍ਹੀ ਜਗਦੀਆਂ ਹੁੰਦੀਆਂ। ਇੱਕ ਲਾਈਟ ਦੇ ਵਿੱਚ ਘੱਟੋ ਘੱਟ 100, ਉਹ ਇੱਕ ਇੱਕ ਜਗਦਾ ਆਰਾਮ ਨਾਲ, ਇੱਕ ਇੱਕ ਜਗੀ ਜਾਂਦਾ ਰਹਿੰਦਾ। ਜੇ ਸਾਰੇ ਇਕੱਠੇ ਬੰਦਾਂਗੇ ਤਾਂ ਫਿਊਜ ਉੱਡ ਜੂਗਾ। ਆਪਾਂ ਝੋਨਾ ਲਾਉਣਾ, 4-4, 8-5-5 ਜ਼ਿਲ੍ਹੇ 6-6 ਕਰਕੇ ਲਾਉਂਦੇ ਹਾਂ, ਉਹਦੇ ਨਾਲ ਕੀ ਫਾਇਦਾ ਹੋਊਗਾ? ਸੀਜ਼ਨ ਲੰਬਾ ਹੋਊਗਾ, ਮਜ਼ਦੂਰ ਜਿਹੜੇ ਮਜ਼ਦੂਰੀ ਕਰਦੇ ਨੇ ਖੇਤਾਂ 'ਚ ਉਹਨਾਂ ਦਾ ਸੀਜ਼ਨ ਲੰਬਾ ਹੋਊਗਾ। ਜਦੋਂ ਕੰਬਾਈਨਾਂ ਵੱਢਣਗੀਆਂ ਝੋਨਾ ਆਊਗਾ, ਜਦੋਂ ਉਦੋਂ ਸੀਜ਼ਨ ਲੰਬਾ ਹੋਊਗਾ। ਉਹ 5 ਜ਼ਿਲ੍ਹੇ ਉਹ ਜਿੱਥੇ ਪਹਿਲਾਂ ਲਾਈ ਹੈ, ਫਿਰ ਅਗਲੇ ਜਿੱਥੇ ਉਹ ਤੋਂ ਬਾਅਦ 'ਚ 3 ਦਿਨ ਲੱਗੀ ਹੈ, ਫਿਰ ਅਗਲੇ ਜਿੱਥੇ ਉੱਤੋਂ। ਫਿਰ ਗੌਰਮੈਂਟ ਨੂੰ ਵੀ ਪਤਾ ਹੋਊਗਾ ਇਹਨਾਂ 5 ਜ਼ਿਲ੍ਹਿਆਂ ਦੀ ਜੀਰੀ, 7 ਜ਼ਿਲ੍ਹਿਆਂ ਦੀ ਜੀਰੀ ਝੋਨਾ ਪਹਿਲਾਂ ਆ ਰਿਹਾ। ਇਸ ਕਰਕੇ ਇੱਥੇ ਮੰਡੀਆਂ ਦਾ ਪ੍ਰਬੰਧ ਛੇਤੀ ਕਰ ਲਈਏ, ਸਾਰਾ ਫਾਇਦਾ ਹੋ ਜਾਂਦਾ ਇਹਦੇ ਨਾਲ। ਨਹਿਰ ਦਾ ਪਾਣੀ ਪਹੁੰਚਾ ਰਹੇ ਹਾਂ, ਪਿੰਡਾਂ 'ਚ ਪਹੁੰਚੂਗਾ, ਦੇਖਦੇ ਜਾਓ ਤੁਸੀਂ। ਅਗਲੇ ਸਾਲ ਤੱਕ ਹਰ ਜਿਹੜਾ ਪੁਰਾਣਾ ਖਾਲਾ ਲੋਕ ਭੁੱਲ ਵੀ ਗਏ ਵੀ ਇੱਥੋਂ ਦੀ ਖਾਲ ਹੁੰਦਾ ਸੀ, ਉਹ ਵੀ ਅਸੀਂ ਜਿਉਂਦੇ ਕਰਾਂਗੇ। ਅਸੀਂ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਵਾਂਗੇ। ਮੋਟਰਾਂ ਬੰਦ ਹੋਣਗੀਆਂ, ਟਿਊਬਵੈੱਲ ਬੰਦ ਹੋਣਗੇ। ਟਿਊਬਵੈੱਲ ਜਿੰਨੇ ਬੰਦ ਹੋਣਗੇ ਧਰਤੀ 'ਚੋਂ ਪਾਣੀ ਉਨਾ ਹੀ ਬਚੂਗਾ, ਬਿਜਲੀ ਬਚੂਗੀ। ਇਸ ਕਰਕੇ ਗੌਰਮੈਂਟ ਪਲਾਨ ਕਰਦੀ ਹੈ। ਕੱਲ੍ਹ ਮੈਂ ਕਿਉਂ ਅਨਾਊਂਸ ਕੀਤਾ, ਕੱਲ੍ਹ ਦਾ ਦਿਨ ਕਿਉਂ ਚੁਣਿਆ? ਕਿਉਂਕਿ 1 ਮਹੀਨਾ ਪਨੀਰੀ ਨੂੰ ਲੱਗਦਾ ਭਾਈ, ਬਿਜਲੀ ਦੇਣੀ ਹੈ 4-4 ਘੰਟੇ ਉਹਨਾਂ ਨੂੰ, ਪਨੀਰੀ ਵਾਸਤੇ, ਚਾਰੇ ਵਾਸਤੇ, ਸਬਜ਼ੀਆਂ ਵਾਸਤੇ 4-4 ਘੰਟੇ ਬਿਜਲੀ ਵੀ ਦੇਵਾਂਗੇ ਉਹਨਾਂ ਵਾਸਤੇ। ਸਾਨੂੰ ਪਤਾ ਹੈ ਸਾਰਾ ਕੁਛ, ਗੌਰਮੈਂਟ ਸਾਡੇ ਹੱਥਾਂ 'ਤੇ ਹੈ, ਉਂਗਲਾਂ 'ਤੇ ਹੈ ਕਿ ਕਿੱਥੇ ਕਿੱਥੇ ਕੀ ਹੋਈ ਜਾਂਦਾ, ਕਿਹੜੇ ਕਿਹੜੇ ਇਲਾਕੇ 'ਚ ਬਿਜਲੀ ਦੇਣੀ ਹੈ, ਕਿਹੜੇ ਕਿਹੜੇ ਇਲਾਕੇ 'ਚ ਬਿਜਲੀ ਰਾਤ ਨੂੰ ਦੇਣੀ ਹੈ, ਕਿਹੜੇ ਇਲਾਕੇ 'ਚ ਬਿਜਲੀ ਦਿਨੇ ਦੇਣੀ ਹੈ, ਸਾਰਾ ਪਤਾ। ਇਦੋਂ ਪਹਿਲਾਂ ਕਦੇ ਇੱਦਾਂ ਸੁਣਿਆ ਤੁਸੀਂ? ਇਦੋਂ ਪਹਿਲਾਂ ਧਿਆਨ ਨਹੀਂ ਦਿੰਦੇ ਸੀ ਉਹਨਾਂ ਨੂੰ, ਅੱਜ ਵੀ ਨਹੀਂ ਪਤਾ। ਚੱਲ ਇਦੋਂ ਪਹਿਲਾਂ ਛੱਡੋ, ਹਾਰ ਕੇ ਵੀ ਨਹੀਂ ਪਤਾ ਕਿ ਬਿਜਲੀ ਕਿੰਨੇ ਘੰਟੇ ਕੀ ਹੁੰਦਾ, ਖਾਲ ਮਰਨਾ ਕੀ ਹੁੰਦਾ, ਠੀਕ ਹੈ ਨਾ, ਗਰੀਸ ਦੇਣਾ ਕੀ ਹੁੰਦਾ। ਸਰਬੋ ਵਾਲਾ ਡੱਬਾ ਕਦੇ ਵਰਤਿਆ ਹੋਵੇ ਤੁਹਾਨੂੰ ਪਤਾ ਲੱਗੇ, ਕਦੇ 19-22 ਦੀ ਚਾਬੀ ਨਾਲ ਕੋਈ ਨਟ ਖੋਲਿਆ ਹੋਵੇ ਤਾਂ ਉਹਨਾਂ ਨੂੰ ਪਤਾ ਲੱਗੇ, ਹੈ ਹੀ ਨਹੀਂ, ਜ਼ਮੀਨ ਨਾਲ ਨਹੀਂ ਜੁੜੇ ਹੋਏ ਜੀ। ਹਾਂਜੀ ਹਾਂ, ਨਾਲੇ 19 'ਚ ਨਾਲੇ 22 'ਚ, 19-22 ਦੀ ਚਾਬੀ ਨਾਲ 90% ਨਟ ਖੋਲਦੇ ਆ, ਖੋਲਤੇ ਵੀ ਆ ਉਹਨਾਂ ਦੇ ਸ਼ਹਿਰ 'ਚ ਖੜੇ ਹਾਂ ਉਹ ਰਾਜੇ ਮਹਾਰਾਜੇ ਨੇ। ਆਪ ਇੰਨੀ ਵਾਰ ਨਹੀਂ ਆਏ ਮੁੱਖ ਮੰਤਰੀ ਬਣ ਕੇ, ਜਿੰਨੀ ਵਾਰੀ ਮੈਂ ਆ ਗਿਆ। ਆਪ ਨਹੀਂ ਆਏ, ਮੈਨੂੰ ਤਾਂ ਜਦੋਂ ਬੁਲਾਉਂਦੇ ਆ ਪਟਿਆਲੇ ਵਾਲੇ ਮੈਂ ਆ ਜਾਂਦਾ। ਮੈਂ ਰਜਿੰਦਰਾ ਹਸਪਤਾਲ ਪਟਿਆਲੇ ਆਇਆ, 2 ਵਾਰੀ ਤੁਸੀਂ ਬੁਲਾਇਆ। ਮੈਂ ਕੁੜੀਆਂ ਦੇ ਕਾਲਜ ਦਾ ਸਾਲਾਨਾ ਫੰਕਸ਼ਨ ਸੀ, ਉੱਥੇ ਆਇਆ। 3 ਵਾਰੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਿਆ, ਇੱਥੇ ਪਹਿਲਾਂ ਇਹਨੂੰ ਦੇਖਣ ਆਏ ਸੀ, ਅੱਜ ਉਦਘਾਟਨ ਕਰਨ ਆਇਆ। ਇੱਕ ਆਪਾਂ ਉੱਧਰ ਸੀਵਰੇਜ ਦਾ ਉਦਘਾਟਨ ਕੀਤਾ ਸੀ, ਉੱਥੇ ਗਏ। ਸੋ ਜਿਹੜੇ ਕੰਮ ਕਰ ਰਹੇ ਹਾਂ ਬਈ, ਉਹ ਲੋਕਾਂ ਨੂੰ ਪਤਾ ਲੱਗਣੇ ਚਾਹੀਦੇ ਹੈ। ਅਸੀਂ ਦੱਸ ਰਹੇ ਹਾਂ, ਤੁਸੀਂ ਵੀ ਹੈਗੇ ਹੋ ਇਸ ਕੰਮ ਨੂੰ। ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਵੱਡੇ ਵੱਡੇ ਲੋਕ ਪੱਖੀ ਫੈਸਲੇ ਆਉਣਗੇ, ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹੋ ਜਿਹੇ ਫੈਸਲੇ ਕਰ ਰਹੇ ਹਾਂ ਜਿਹਦੇ ਨਾਲ
ਲੋਕ ਦੁਨੀਆ ਭਰ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਦੂਜੀਆਂ ਸਟੇਟਾਂ ਹਾਮੀ ਭਰ ਰਹੀਆਂ ਨੇ। ਆ ਜਿਹੜਾ 7:30 ਤੋਂ 2 ਵਜੇ ਤੱਕ ਦਾ ਟਾਈਮ ਕੀਤਾ, ਦੁਨੀਆ ਭਰ ਦੇ ਅਖਬਾਰਾਂ 'ਚ ਛਪਿਆ ਇਹ ਕਿ ਇੱਦਾਂ ਕਰਨਾ ਚਾਹੀਦਾ। ਨਾਲੇ ਤਾਂ ਠੰਡੇ ਠੰਡੇ ਕੰਮ ਹੁੰਦੇ ਆ ਲੋਕਾਂ ਦੇ, ਨਾਲੇ ਮੁਲਾਜ਼ਮ ਖੁਸ਼ ਟਾਈਮ 'ਤੇ ਘਰ ਜਾਂਦੇ ਆ, ਨਾਲੇ ਟ੍ਰੈਫਿਕ ਦੇ ਵਿੱਚ ਇੰਨਾ ਜ਼ਿਆਦਾ ਫਰਕ ਪੈ ਗਿਆ। ਏਅਰਪੋਰਟ ਰੋਡ ਵਾਲੀ ਜਿਹੜੀ ਜੀਰਕਪੁਰ ਤੋਂ ਏਅਰਪੋਰਟ ਰੋਡ ਹੈ, 35 ਮਿੰਟ ਲੱਗਦੇ ਸੀ, ਉੱਥੇ ਸਿਰਫ ਹੁਣ 5 ਤੋਂ 7 ਮਿੰਟ ਦੀ ਵੇਟਿੰਗ ਹੈ। ਇੱਕ ਸੜਕ 'ਤੇ ਇੱਕ ਦਿਨ 'ਚ ਰੋਜ਼ 7,000 ਲੀਟਰ ਤੇਲ ਬਚ ਰਿਹਾ ਜੀ ਇੱਕ ਸੜਕ 'ਤੇ। ਬਿਜਲੀ ਦਾ ਚਲੋ ਬਚਾਅ ਹੈਗਾ ਹੀ ਹੈ, ਤੁਸੀਂ ਦੇਖਿਓ ਜਾ ਕੇ। ਪਹਿਲਾਂ 5 ਵਜੇ ਤੋਂ ਬਾਅਦ ਚੰਡੀਗੜ੍ਹ 'ਚ ਬਹੁਤ ਜਾਮ ਲੱਗ ਜਾਂਦੇ ਸੀ, ਹੁਣ ਨਹੀਂ ਲੱਗਦੇ, ਟ੍ਰੈਫਿਕ ਵੰਡੀ ਗਈ। ਸੋ ਇਹ ਹਰੇ ਰੰਗ ਦਾ ਸਟਾਮ, ਜੇ ਕਿਸੇ ਨੇ ਫੈਕਟਰੀ ਲਾਉਣੀ ਆ ਹਰੇ ਰੰਗ ਦਾ ਸਟਾਮ ਲਊਗਾ, ਉਹਦੇ ਵਿੱਚ ਸਾਰੀਆਂ ਉਹਦੀਆਂ NOC ਲੈ ਕੇ ਪੈਸੇ ਲਵਾਂਗੇ ਉਹ ਤੋਂ ਅਤੇ ਕੰਮ ਕਰ ਪਾਈ। ਇੱਦਾਂ ਹੀ ਜੇ ਕਿਸੇ ਨੇ ਕਲੋਨੀ ਕੱਟਣੀ ਹੈ ਉਹਦਾ ਰੰਗ ਵੀ ਅਲੱਗ ਕਰਾਂਗੇ। ਇਹ ਨਹੀਂ ਹੈਗਾ ਕਿ ਖੇਤੀ ਵਾਲੀ ਜ਼ਮੀਨ 'ਚ ਕਲੋਨੀ ਕੱਟ ਕੇ ਲੋਕਾਂ ਨੂੰ ਵੇਚ ਗਿਆ, ਬਾਅਦ 'ਚ ਕਹਿੰਦੇ ਇਲੀਗਲ ਕਲੋਨੀ ਹੈ ਜੀ। ਲੋਕਾਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਪਲਾਟ ਲੈਣਾ ਹੈ ਤਾਂ ਜਿਹੜਾ ਬੰਦਾ ਕਲੋਨੀ ਕੱਟ ਰਿਹਾ ਜਾਂ ਜਿਹੜਾ ਪ੍ਰੋਪਰਟੀ ਡੀਲਰ ਹੈ ਤੁਹਾਡਾ, ਉਹਦੇ ਤੋਂ ਇਹ ਜ਼ਰੂਰ ਦੇਖ ਲਿਓ ਕਿ ਉਹਦੀ ਰਜਿਸਟਰੀ ਦਾ ਰੰਗ ਕਿਹੜਾ। ਜੇ ਰੰਗ ਕਲੋਨੀ ਵਾਲਾ ਤਾਂ ਲਿਓ, ਨਹੀਂ ਲਿਓ ਨਾ, ਕਿਉਂਕਿ ਉਹ ਫਿਰ ਉਹ ਭੱਜੂਗਾ ਉਹ, ਕਿਉਂਕਿ ਫਿਰ ਉਹ ਭੱਜੂਗਾ, ਨਾ ਸੀਵਰੇਜ ਪਊਗਾ ਨਾ ਬਿਜਲੀ ਪਊਗੀ। ਇਸ ਕਰਕੇ CLU NOC ਸਾਰੇ ਚੱਕਰ ਖਤਮ ਹੋ ਜਾਣਗੇ, ਆ NOC ਜੇ ਉਹ ਸਭ ਖਤਮ ਹੋ ਜਾਣੇ ਆ। ਤੁਸੀਂ ਦੇਖਦੇ ਜਾਓ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ, ਅਸੀਂ ਸਭ ਨੂੰ ਅਸੀਂ ਅਫੋਰਡੇਬਲ ਹਾਊਸ ਦੇਵਾਂਗੇ। ਕੋਈ ਬੰਦਾ ਇਹੋ ਜਿਹਾ ਨਹੀਂ ਹੋਊਗਾ ਜਿਹਦੇ ਸਿਰ 'ਤੇ ਛੱਤ ਨਾ ਹੋਵੇ, ਪੰਜਾਬੀ ਇਹੋ ਜਿਹਾ ਹੋਵੇ ਕੋਈ ਜਿਹਦੇ ਸਿਰ 'ਤੇ ਛੱਤ ਨਾ ਹੋਵੇ। ਅਸੀਂ ਤਾਂ ਲੋਕਾਂ ਨੂੰ ਮਦਦ ਕਰਨ ਵਾਲੇ ਲੋਕ ਹਾਂ, ਅਸੀਂ ਤਾਂ ਪੂਰੇ ਮੁਲਕ ਦਾ ਢਿੱਡ ਭਰਨ ਵਾਲੇ ਲੋਕ ਹਾਂ। ਸੋ ਇਸ ਕਰਕੇ ਧੰਨਵਾਦ ਜੀ। ਸੋ ਮੈਂ ਇਹ ਗੱਲ ਕਹਿਣਾ, ਇੱਕ ਤਾਂ ਬਿਲਕੁਲ ਮੈਨੂੰ ਪਤਾ ਤੁਹਾਡੀਆਂ ਭਾਵਨਾਵਾਂ, ਤੁਹਾਡੇ ਜਜ਼ਬਾਤ ਨੇ, ਨਵੇਂ ਨਵੇਂ ਜਿੱਤ ਕੇ ਔਰ ਉਹ ਜਿੱਤੇ ਵੀ ਉੱਥੋਂ ਆ ਜਿੱਥੋਂ 50 ਸਾਲ ਤੋਂ ਕੋਈ ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ, ਅਤੇ ਜ਼ਰੂਰ ਖੁਸ਼ੀ ਦਾ ਇਸ਼ਾਰ ਕਰਨਾ ਬਣਦਾ, ਤੁਸੀਂ ਮਿਹਨਤ ਕੀਤੀ ਹੈ, ਮਿਹਨਤ ਤੋਂ ਬਾਅਦ ਜਿਹੜੀ ਸਫਲਤਾ ਮਿਲਦੀ ਹੈ ਉਹ ਤੋਂ ਬਾਅਦ ਜਸ਼ਨ ਮਨਾਏ ਜਾਣੇ ਚਾਹੀਦੇ ਹੈ, ਪਰ ਉਹ ਜਸ਼ਨ ਹੰਕਾਰ 'ਚ ਨਾ ਬਦਲ ਜਾਣ। ਬਸ ਇਹ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਸ਼ਨ ਮਨਾਓ, ਜ਼ਰੂਰ ਖੁਸ਼ੀ ਮਨਾਓ, ਪਰ ਕਿਸੇ ਨੂੰ ਤੰਗ ਕਰਕੇ ਨਾ ਮਨਾਓ ਵੀ ਕਿਸੇ ਦੇ ਘਰ ਮੂਹਰ ਦੀ ਹਾਰਨ ਮਾਰ ਕੇ ਲੰਘ ਗਏ ਵੀ ਦੇਖੋ ਅਸੀਂ ਜਿੱਤ ਗਏ, ਫਿਰ ਇਹਦੇ ਹੁੱਲੜਬਾਜ਼ੀ ਲੱਗਦੀ ਹੈ ਫਿਰ ਇਹ। ਸੋ ਇਸ ਕਰਕੇ ਜਸ਼ਨ ਜ਼ਰੂਰ ਮਨਾਓ, ਜਿੱਤ ਦੀ ਖੁਸ਼ੀ ਹੈ, ਪਰ ਦੂਜਿਆਂ ਦੀ ਸੁਵਿਧਾ ਦਾ ਵੀ ਖਿਆਲ ਰੱਖੋ ਕਿ ਜਸ਼ਨ ਮਨਾਉਣ ਵੇਲੇ ਪਟਾਕੇ ਚਲਾ ਤੇ ਉਹਦੇ ਨਾਲ ਕੋਈ ਹੋਰ ਨੁਕਸਾਨ ਹੋ ਗਿਆ ਜਾਂ ਕੋਈ ਹੋਰ। ਸੋ ਸਭ ਨੇ ਆਪਾਂ ਨੇ ਇਕੱਠਿਆਂ ਨੇ ਮਿਲ ਕੇ ਚੱਲਣਾ, ਜਲੰਧਰ ਦੇ ਵੀ ਕੰਮ ਹੋਣਗੇ, ਪੰਜਾਬ ਦੇ ਸਾਰੇ ਦੇ ਕੰਮ ਹੋਣਗੇ, ਪਟਿਆਲੇ ਦੇ ਹੋਣਗੇ, ਸੰਗਰੂਰ ਦੇ ਹੋਣਗੇ, ਜਿੱਥੇ ਕਹੋਗੇ ਉਵੇਂ ਚੱਲਾਂਗੇ। ਔਰ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਬਟਨ ਤੁਸੀਂ ਇੱਕ ਦੱਬਿਆ, ਮੂੰਹ ਬਹੁਤ ਬੰਦ ਹੋ ਗਏ। ਜਲੰਧਰ ਦੇ ਲੋਕਾਂ ਨੇ ਬਟਨ ਇੱਕ ਦੱਬਿਆ, ਮੂੰਹ ਬਹੁਤ ਬੰਦ ਹੋ ਗਏ। ਸੋ ਮੂੰਹ ਬੰਦ ਕਰਨ ਵਾਲਾ ਬਟਨ ਜਦੋਂ ਦੱਬ ਦੋਗੇ ਨਾ, ਤਾਂ ਫਿਰ ਮੈਂ ਜੇ ਬਟਨ ਦੱਬਦਾ ਉਹਦੇ ਨਾਲ 25 ਕਰੋੜ ਦਾ ਉਦਘਾਟਨ ਹੋ ਜਾਂਦਾ ਅੱਜ ਜਿਵੇਂ ਕੀਤਾ। ਮੈਂ ਇੱਕ ਦਿਨ 'ਚ 5 ਤੋਂ 7 ਬਟਨ ਦੱਬਦਾ ਰੋਜ਼। ਚੰਡੀਗੜ੍ਹ ਸੈਕਟਰੀਏਟ ਲੈ ਆਉਂਦੇ ਨੇ, ਆਹ ਬਟਨ ਦੱਬ ਦਿਉ ਜੀ ਇਹਦੇ ਨਾਲ ਫਲਾਨੀ ਸੜਕ ਦਾ ਉਦਘਾਟਨ ਹੋਜੂ, ਆਹ ਬਟਨ ਦੱਬ ਦਿਉ ਜੀ ਇਹਦੇ ਨਾਲ ਆਪਣਾ ਮਿਲਕ ਪਲਾਂਟ ਦਾ ਆਹ ਜਿਹੜਾ ਉਹ ਹੈ ਆਪਾਂ 100 ਕਰੋੜ ਦਾ ਚਲਾਇਆ ਇਹ ਚੱਲ ਪਊਗਾ ਜੀ, ਆਹ ਬਟਨ ਮੇਰੇ ਕੋਲ 5 ਕੁ ਬਟਨ ਦੀ ਐਵਰੇਜ ਹੈ ਰੋਜ਼। 2 ਮੈਂ ਦੱਬ ਕੇ ਆਇਆ, 1 ਤੁਸੀਂ ਦਬਾ ਲਿਆ, 2 ਹਜੇ ਜਾ ਕੇ ਦੱਬਣੇ ਚੰਡੀਗੜ੍ਹ।
ਇਹ ਬਟਨ ਮੈਂ ਕਿਉਂ ਦੱਬਦਾ, ਇਹ ਬਟਨ ਮੈਂ ਦੱਬਣ ਦੇ ਕਾਬਲ ਕਿਹਨੇ ਬਣਾਇਆ? ਤੁਸੀਂ 2022 'ਚ ਇੱਕ ਬਟਨ ਦੱਬਿਆ ਸੀ, ਇਹ ਉਹਦੇ ਕਰਕੇ ਹੈ ਜਿਹੜਾ ਬਟਨ ਝਾੜੂ ਵਾਲਾ ਦੱਬਿਆ ਸੀ ਨਾ, ਉਹ ਬਟਨ ਦੱਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ, ਮੇਰੀ ਜ਼ਿੰਮੇਵਾਰੀ ਸ਼ੁਰੂ, ਆਹ ਫਰਕ ਹੈ ਬਸ। ਸੋ ਅਸੀਂ ਆਮ ਲੋਕਾਂ ਦੇ ਨਾਲ ਹਾਂ, ਅਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਹਾਂ, ਅਸੀਂ ਕਰਪਸ਼ਨ ਦੇ ਖਿਲਾਫ ਹਾਂ। ਰੋਜ਼ ਇਹਨਾਂ ਦੀ ਪੇਸ਼ੀ ਪੈਂਦੀ ਹੈ ਜਿਹੜੇ ਜਿਹਨੇ ਨੇ ਖਜ਼ਾਨਾ ਖਾਧਾ। ਹਾਂ, ਉਹ ਕਾਨੂੰਨ ਸਜ਼ਾ ਦੇਣਾ ਕਾਨੂੰਨ ਦਾ ਕੰਮ ਹੈ, ਅਸੀਂ ਇੱਕ ਵਾਰੀ ਉਹਨੂੰ ਕਚਹਿਰੀ ਤੱਕ ਲਿਆਉਣਾ, ਅੱਗੇ ਕਾਨੂੰਨ ਦਾ ਕੰਮ ਹੈ ਜੀ ਕਿ ਸਬੂਤ ਕਿੰਨੇ ਕਿੰਨੇ ਕੌਣ ਕਿ ਕਿਹਨੇ ਕਿੰਨਾ ਖਾਧਾ, ਉਹ ਸਾਰਾ ਕੁਛ ਹੋ ਜਾਂਦਾ। ਕਈਆਂ ਦੀਆਂ ਜ਼ਮਾਨਤਾਂ ਨਹੀਂ ਮਿਲਦੀਆਂ, ਕਈਆਂ ਦੀਆਂ ਹੋ ਜਾਂਦੀਆਂ ਨੇ, ਇਹ ਕਾਨੂੰਨ ਕਰਦਾ। ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਕਿ ਇਹਨਾਂ ਤੋਂ ਬਚੋ। ਇਹਨਾਂ ਨੇ ਨੈਗੇਟਿਵ ਪ੍ਰਚਾਰ ਕਰਨਾ ਹੁੰਦਾ, ਉਹ ਹੁਣ ਲੋਕਾਂ ਨੇ ਬੰਦ ਕਰਤਾ। ਤੁਸੀਂ ਦੇਖ ਲਓ ਕਿ ਉਸੇ ਸੋਸ਼ਲ ਮੀਡੀਆ 'ਤੇ ਪਹਿਲਾਂ ਕਿੰਨਾ ਬੋਲਦੇ ਸੀ, 13 ਤਰੀਕ ਨੂੰ 12 ਵਜੇ ਜਦੋਂ 50,000 ਤੋਂ ਲੀਡ ਵੱਧ ਗਈ, ਉਹੀ ਬੰਦੇ ਕਹਿਣ ਲੱਗੇ ਬੱਲੇ ਓਏ ਸ਼ੇਰਾ ਕਮਾਲ ਹੈ। ਉਹੀ ਬੱਲੇ ਸ਼ੇਰਾ 'ਤੇ ਆ ਜਾਂਦੇ ਨੇ ਜਿਹੜੇ ਪਹਿਲਾਂ ਗਾਲਾਂ ਕੱਢਦੇ ਹੁੰਦੇ ਨੇ, ਉਹ ਤਾਂ ਮੈਂ ਦੇਖੇ ਹੋਏ ਨੇ, ਉਹ ਤਾਂ ਮੈਂ ਕਈ ਵਾਰੀ ਦੇਖੇ ਹੋਏ ਨੇ। ਉਹ ਕਿੱਧਰ ਗਏ ਹੁਣ ਉਹ ਜਿਹੜੇ ਗਾਲਾਂ ਕੱਢਦੇ ਸੀਗੇ ਵੀਡੀਓ ਬਣਾ ਬਣਾ ਕੇ, ਹੈ ਜੀ, ਉਹਨਾਂ ਦੀ ਕੋਈ ਖਬਰ ਵੀ ਨਹੀਂ ਆਈ, ਆਉਂਦੀ ਵੀ ਨਹੀਂ। ਮਤਲਬ ਮੈਂ ਸਮਝ ਨਹੀਂ ਆਉਂਦੀ, ਕੋਈ ਚੰਗੇ ਤੋਂ ਚੰਗਾ ਕੰਮ ਕਰ ਲਓ, ਵਿੱਚੋਂ ਨਗੋਚ ਕੱਢਣੀ ਹੈ। ਆਹ ਹੁਣ ਜਿੱਤ ਗਏ 60,000 ਤੇ ਜਿੱਤ ਗਏ, ਕਹਿੰਦੇ 35% ਵੋਟ ਪਈ ਹੈ, ਲੈ 60% ਤਾਂ ਫਿਰ ਖਿਲਾਫ ਹੀ ਨੇ। ਉਹ ਮੈਂ ਕਿਹਾ ਮੋਦੀ ਨੂੰ 31 ਪਈ ਸੀ, ਉਦੋਂ ਕਹਿੰਦੇ ਸੀ ਲਹਿਰ ਹੈ ਇਹ। ਬੀਜੇਪੀ ਵਾਲੇ ਕਹਿ ਰਹੇ ਨੇ ਕਿ 35% ਵੋਟ ਪਈ ਹੈ, 65% ਖਿਲਾਫ ਨੇ। ਮੋਦੀ ਨੂੰ 2014 ਅੱਜ ਦੇ ਦਿਨ 16 ਮਈ ਅੱਜ ਦੇ ਦਿਨ ਰਿਜ਼ਲਟ ਆਏ ਸੀ 2014 'ਚ, ਅੱਜ ਦੇ ਦਿਨ ਮੋਦੀ ਨੂੰ 31% ਵੋਟ ਪਈ ਸੀ, ਕਹਿੰਦੇ ਮੋਦੀ ਕੀ ਲਹਿਰ ਹੈ, ਅਤੇ ਉਹਦੇ ਵੀ ਤਾਂ 70% ਖਿਲਾਫ ਹੀ ਸੀ। ਫਿਰ ਇਹ ਥੋੜ੍ਹੇ ਹੁੰਦਾ, ਇਹ ਕੋਈ ਤਰੀਕਾ? ਕਿਸੇ ਨਾ ਕਿਸੇ ਤਰੀਕੇ ਨਾਲ ਹਾਰ ਤਾਂ ਮੰਨ ਲਓ, ਜ਼ਮਾਨਤ ਜ਼ਬਤ ਹੋ ਗਈ ਬੀਜੇਪੀ ਵਾਲਿਆਂ ਦੀ, ਹਜੇ ਵੀ ਕਹਿੰਦੇ ਠੀਕ ਰਹਿ ਗਏ ਇਸ ਤਾਂ। ਉਹ ਜਿਹੜੇ ਬਹਿੰਦੇ ਨੇ ਨਾ TV ਚੈਨਲਾਂ 'ਤੇ, ਵੈੱਬ ਚੈਨਲਾਂ 'ਤੇ ਜ਼ਿਆਦਾ ਬਹਿੰਦੇ ਨੇ ਸਿਆਣੇ, ਊਂ ਕੱਢ ਜਾਣਗੇ ਪਹਿਲੇ ਨੰਬਰ ਦੂਜੇ ਨੰਬਰ ਛੱਡੋ ਜੀ, ਤੀਜੇ ਅਤੇ ਚੌਥੇ ਵਾਲਿਆਂ ਨੇ ਕਮਾਲ ਕਰਤੀ, ਕੀ ਕਰਤੀ? ਉਹ ਆਪਸ 'ਚ ਜੋੜੀ ਜਾਂਦੇ ਨੇ, ਜੇ ਆਪਾਂ ਇਕੱਠੇ ਹੁੰਦੇ ਇੰਨੀਆਂ ਪੈ ਜਾਂਦੀਆਂ ਆਪਾਂ ਨੂੰ। ਲੈ ਮੈਂ ਕਿਹਾ ਸਾਰੇ ਹੀ ਹੋ ਜਾਓ ਇਕੱਠੇ, ਸਾਰੇ ਇੱਕ ਥਾਵੇਂ, ਇਹ ਤਾਂ ਵੀ ਹਾਰਨਗੇ ਦੇਖ ਲਿਓ ਤੁਸੀਂ। ਐਤਕੀ ਸਾਰੇ ਇਕੱਠੇ ਹੀ ਸੀ, ਸਾਰੇ ਇਕੱਠੇ ਸੀ, BJP, ਕਾਂਗਰਸ, ਅਕਾਲੀ ਦਲ ਅਤੇ ਬਸਪਾ। ਇੱਕ ਦਿਨ 'ਚ 3 ਪ੍ਰੈਸ ਕਾਨਫਰੰਸਾਂ ਕਰਦੇ ਸੀ, ਗਾਲਾਂ ਉਹ ਇੱਕ ਮੈਨੂੰ ਹੀ ਹੁੰਦੀਆਂ ਸੀ, ਫਰਕ ਟਾਈਮ ਦਾ ਹੁੰਦਾ ਸੀ, ਇੱਕ 12 ਵਜੇ ਕੱਢਦਾ ਸੀ, ਇੱਕ 2 ਵਜੇ, ਇੱਕ 3 ਵਜੇ। ਮੈਂ ਕਿਹਾ ਇੱਕੋ ਹੀ ਕਰ ਲਿਆ ਕਰੋ ਯਾਰ, ਗਾਲਾਂ ਤਾਂ ਉਹੀ ਨੇ ਸਾਰੀਆਂ, ਸਹੀ ਹੈ ਨਾ? ਸੋ ਇਹਨਾਂ ਨੂੰ ਜਿਹੜਾ ਜਵਾਬ ਤੁਸੀਂ ਦਿੱਤਾ ਨਾ, ਮੈਨੂੰ ਉਸ ਗੱਲ ਦੀ ਖੁਸ਼ੀ ਹੈ ਬਸ, ਕਿਉਂਕਿ ਮੈਂ ਕਦੇ ਵੀ ਆਪ ਜਵਾਬ ਨਹੀਂ ਦਿੰਦਾ ਹੁੰਦਾ, ਮੈਂ ਤਾਂ ਲੋਕਾਂ ਨੂੰ ਕਹਿ ਦਿੰਦਾ ਦੇਖ ਲਓ ਮੈਨੂੰ ਐਂ ਕਹਿੰਦੇ ਨੇ, ਜੇ ਮੈਂ ਮਾੜਾਂ ਤਾਂ ਮੈਨੂੰ ਵੋਟ ਨਾ ਪਾਇਓ, ਜੇ ਤੁਹਾਨੂੰ ਲੱਗਦਾ ਕਿ ਹਾਂ ਤੁਹਾਡਾ ਜਵਾਕ ਹੈ ਯਾਰ, ਤੁਹਾਡਾ ਹੀ ਮੁੰਡਾ, ਮੈਂ ਤੁਹਾਡੇ ਵਾਸਤੇ ਸੁਣਦਾ, ਤਾਂ ਵੋਟਾਂ ਪਾ ਕੇ ਜਵਾਬ ਦੇ ਦਿਓ ਲੋਕਾਂ ਨੇ, ਰਵਾ ਦੇ ਤਾ ਲੋਕਾਂ ਨੇ ਪਾ ਦੇ। ਇਹ ਕਹਿੰਦੇ ਆ ਸਾਡਾ ਇਹ ਵੋਟ ਬੈਂਕ ਹੈ, ਫਲਾਨਾ ਬੈਂਕ ਹੈ, ਇਹਨੂੰ ਬੈਂਕਾਂ ਬਹੁਤ ਯਾਦ ਆਉਂਦੀਆਂ। ਸੋ ਕੋਈ ਕਿਸੇ ਦਾ ਵੋਟ ਬੈਂਕ ਨਹੀਂ ਹੈਗਾ, ਲੋਕ ਸਿਰਫ ਕੰਮ ਨੂੰ ਵੋਟ ਪਾਉਂਦੇ ਆ। ਕੱਲ੍ਹ ਨੂੰ ਸਾਡੇ ਮੰਤਰੀ ਕੰਮ ਨਾ ਕਰਨ, ਅਗਲੀ ਵਾਰ ਨੂੰ ਲੋਕ ਸਾਨੂੰ ਵੀ ਕਹਿਣਗੇ ਭਾਈ ਸਤਿ ਸ਼੍ਰੀ ਅਕਾਲ, ਔਰ ਕਹਿ ਸਕਦੇ ਨੇ, ਇਹ ਉਹਨਾਂ ਦਾ ਹੱਕ ਹੈ।
ਕੰਮ ਕਰਾਂਗੇ, ਲੋਕਾਂ ਤੱਕ ਸਹੂਲਤਾਂ ਪਹੁੰਚਣਗੀਆਂ, ਉੱਥੇ ਤੁਹਾਨੂੰ ਵੋਟ ਮੰਗਣ ਦੀ ਲੋੜ ਨਹੀਂ ਪੈਣੀ। ਉਹ ਕਹਿੰਦੇ ਅਸੀਂ ਇੱਧਰ ਪਾਉਣੇ ਆ ਜਿਨ੍ਹਾਂ ਨੇ ਸਾਨੂੰ ਆ ਦਿੱਤਾ, ਅਸੀਂ ਨਹੀਂ ਇਹ ਜਾਤ ਪਾਤ ਦੇ ਮਗਰ ਜਾਣਾ, ਅਸੀਂ ਨਹੀਂ ਨਫ਼ਰਤ ਦੀ ਰਾਜਨੀਤੀ ਕਰਨੀ, ਆਹ ਫਰਕ ਹੈ। ਸੋ ਤਾਂ ਕਰਕੇ ਮੈਂ ਤੁਹਾਨੂੰ ਕਹਿਣਾ ਇਹ ਹੈ ਜੇ ਸ਼ਾਨਦਾਰ ਬੱਸ ਸਟੈਂਡ ਪੰਜਾਬ ਦੇ ਵਿੱਚ ਖੁੱਲ੍ਹਣਗੇ ਔਰ ਇਲੈਕਟ੍ਰਿਕ ਵਹੀਕਲਾਂ ਨਾਲ ਸਾਡੀ ਅਗਲੀ ਪੋਲਿਸੀ ਆ ਰਹੀ ਹੈ, ਤੁਹਾਨੂੰ ਸ਼ਹਿਰ ਦੇ ਵਿੱਚ 15 ਤੋਂ 20 ਸੀਟਾਂ ਆਉਣੀਆਂ, 25-25 ਸੀਟਾਂ ਆਉਣੀਆਂ, ਸ਼ਾਨਦਾਰ ਬੱਸਾਂ ਇੱਥੋਂ ਯੂਨੀਵਰਸਿਟੀ, ਯੂਨੀਵਰਸਿਟੀ ਤੋਂ ਬੱਸ ਸਟੈਂਡ, ਬੱਸ ਸਟੈਂਡ ਤੋਂ ਪੁਰਾਣਾ ਬੱਸ ਸਟੈਂਡ, ਪੁਰਾਣੇ ਬੱਸ ਸਟੈਂਡ ਤੋਂ ਮਹਿੰਦਰਾ ਕਾਲਜ, ਮਹਿੰਦਰਾ ਕਾਲਜ ਤੋਂ ਸਰਕਾਰੀ ਕਾਲਜ, YPS ਫੁਹਾਰਾ ਚੌਂਕ, ਸਨੌਰ ਵਾਲਾ ਅੱਡਾ, ਜਿੱਧਰ ਮਰਜ਼ੀ ਤੁਸੀਂ ਜਾਣਾ ਤੁਹਾਨੂੰ ਬੱਸਾਂ ਮਿਲਣਗੀਆਂ। ਕਿਉਂਕਿ ਮੈਂ ਤਾਂ ਰਿਹਾ, ਮੇਰਾ ਤਾਂ ਸ਼ਹਿਰ ਹੈ, ਮੈਂ ਤਾਂ ਇੱਥੇ ਰਿਹਾ 6 ਸਾਲ, ਮੈਂ ਤਾਂ ਇਕੱਲੀ ਇਕੱਲੀ ਗਲੀ ਜਾਣਦਾ। ਸੋ ਇਸ ਕਰਕੇ ਇਹ ਜਿਹੜੇ ਵਿਕਾਸ ਦੇ ਕੰਮ ਨੇ ਇਹ ਕੋਡ ਕਰਕੇ ਰੁਕਿਆ ਹੋਇਆ ਸੀ, ਨਹੀਂ ਤਾਂ ਪਹਿਲਾਂ ਹੋ ਜਾਣਾ ਸੀ। ਸੋ ਅੱਜ ਇਹਦਾ ਉਦਘਾਟਨ ਹੋ ਗਿਆ, ਬੱਸ ਅੱਡਾ ਤੁਹਾਡਾ, ਇਹਨੂੰ ਤੁਸੀਂ ਸਾਫ਼ ਰੱਖਣਾ, ਇਹਨੂੰ ਕਾਮਯਾਬ ਕਰਨਾ। ਅੱਗੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਸਭ ਤਹਿਸੀਲਾਂ ਬਣਨਗੀਆਂ, ਉਹਨਾਂ ਦੇ ਵੀ ਉਦਘਾਟਨ ਕਰ ਰਹੇ ਹਾਂ, ਸਕੂਲ ਬਣਨਗੇ, ਆਮ ਆਦਮੀ ਕਲੀਨਿਕ ਬਣਨਗੇ, ਔਰ ਜੋ ਸਹੂਲਤਾਂ ਲੋਕਾਂ ਨੂੰ ਅਸੀਂ ਸਰਕਾਰ ਵੱਲੋਂ ਦੇ ਸਕਦੇ ਦੇਵਾਂਗੇ। ਕੋਈ ਘਾਟਾ ਸਾਡੇ ਖਜ਼ਾਨੇ 'ਚ ਨਹੀਂ ਹੈਗਾ, ਉਹ ਵੀ ਸਾਰਾ ਖਜ਼ਾਨਾ ਵੀ ਅਸੀਂ ਤੁਸੀਂ ਦੇਖ ਲਓ, ਅੱਜ 16 ਤਰੀਕ ਹੈ, 14 ਮਹੀਨੇ ਹੋ ਗਏ ਅੱਜ, ਔਰ ਅੱਜ ਦਾ ਦਿਨ ਉਹ ਦਿਨ ਹੈ 16 ਮਈ 2014 ਨੂੰ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ ਮੈਨੂੰ ਚੁਣਿਆ ਸੀ ਲੋਕਾਂ ਨੇ, ਸੰਗਰੂਰ ਦੇ ਨੇ। ਇਹੋ ਜਿਹੇ ਵੇਲੇ ਨੂੰ 2.25 ਲੱਖ ਦੀ ਲੀਡ ਹੋ ਗਈ ਸੀ, ਸੁਖਦੇਵ ਸਿੰਘ ਢੀਂਡਸਾ ਅਤੇ ਬਜਿੰਦਰ ਸਿੰਗਲਾ ਸੀ ਇਹੋ ਜਿਹੇ ਵੇਲੇ ਨੂੰ, ਉਹ ਕਹਿੰਦੇ ਸੀ ਤੁੱਕਾ ਲੱਗ ਗਿਆ, ਫਿਰ 2019 'ਚ ਹਰਾਏ, ਫਿਰ ਕਹਿੰਦੇ ਕੋਈ ਨਹੀਂ ਇੱਕੋ ਹੀ ਆਇਆ, ਫਿਰ 2022 'ਚ ਹਰਾਏ, ਕਹਿੰਦੇ ਚੱਲਣੀ ਨਹੀਂ, ਚੱਲ ਵੀ ਗਈ, ਕਹਿੰਦੇ ਜਲੰਧਰ ਨਹੀਂ ਜਿੱਤੀ ਜਾਣੀ, ਜਲੰਧਰ ਵੀ ਜਿੱਤ ਗਏ, ਹੁਣ ਕਹਿੰਦੇ 24 'ਚ ਦੇਖਾਂਗੇ, ਉਹ ਵੀ ਹਾਰ ਜਾਣਗੇ, ਦੇਖੇ ਤੁਸੀਂ 24 ਹਾਰ ਜਾਣਗੇ, ਫਿਰ ਕਹਿੰਦੇ 27 'ਚ ਨਹੀਂ ਗੱਲ ਬਣਨੀ, ਇਹ ਐਂ ਤੁਰੇ ਜਾਣਗੇ ਜੀ, ਇਹ ਐਂ ਤੁਰੇ ਜਾਂਦੇ। ਇਹਨਾਂ ਦਾ ਇੱਕੋ ਹੀ ਹੱਲ ਹੈ ਬਸ, ਇਹਨਾਂ ਕਹਿੰਦੀ ਧਿਆਨ ਨਾ ਦਿਓ, ਇਹਨਾਂ ਕਹਿੰਦੀ ਧਿਆਨ ਹੀ ਨਾ ਦਿਓ ਬਸ। ਹੁਣ ਸੁਖਬੀਰ ਬਾਦਲ ਦੀਆਂ ਗੱਲਾਂ ਸੁਣਨਾ ਨਹੀਂ, ਕੋਈ ਪੱਤਰਕਾਰ ਮੈਨੂੰ ਪੁੱਛਣਾ ਸੁਖਬੀਰ ਬਾਦਲ ਨੇ ਐਂ ਕਿਹਾ ਜੀ, ਮੈਂ ਯਾਰ ਛੱਡ ਪਰੇ ਯਾਰ, ਵਿਚਾਰਾ ਹੁਣ ਜਿੰਨੀ ਕੱਲ ਹੈ ਉਨੀ ਕੁ ਗੱਲ ਕਰ ਲੈਂਦਾ, ਚੱਲ ਕਿਸੇ ਦੇ ਰੋੜਾ ਰੂੜਾ ਨਹੀਂ ਮਾਰਦਾ, ਚੱਲ ਛੱਡੋ ਪਰੇ। ਮਜੀਠੀਏ ਨੇ ਐਂ ਕਿਹਾ ਜੀ, ਹੁਣ ਮੈਂ ਉਹਨਾਂ ਦਾ ਜਵਾਬ ਦੇਵਾਂ ਜਿਹੜੇ ਜਲਿਆਂ ਵਾਲੇ ਬਾਗ ਦੇ ਕਾਤਲ ਕਰਾਉਂਦੇ ਸੀ, ਮੈਂ ਉਹਨਾਂ ਦਾ ਜਵਾਬ ਦੇਵਾਂ ਉਹਨਾਂ ਦੀਆਂ ਗੱਲਾਂ, ਉਹ ਮੈਨੂੰ ਸਰਟੀਫਿਕੇਟ ਦੇਣਗੇ ਕਿ ਮੈਂ ਪੰਜਾਬ ਨੂੰ ਕਿੰਨਾ ਕੁ ਪਿਆਰ ਕਰਦਾ, ਜਿਨ੍ਹਾਂ ਨੇ ਜਲਿਆਂ ਵਾਲੇ ਬਾਗ ਦੇ ਕਾਤਲ ਨੂੰ ਉਸੇ ਦਿਨ ਰਾਤ ਨੂੰ ਰੋਟੀ ਖਵਾਈ ਸੀ, ਉਹਨਾਂ ਨੇ ਗੱਲਾਂ ਸੁਣੀਆਂ ਆਪਾਂ। ਜਿਹੜੇ ਨਸ਼ਿਆਂ ਦੇ ਤਸਕਰ ਹਜੇ ਵੀ ਜਮਾਨਤ 'ਤੇ ਨੇ, ਉਹਨਾਂ ਦੀਆਂ ਗੱਲਾਂ ਕਰੀਏ ਆਪਾਂ, ਉਹਨਾਂ ਦੀਆਂ ਗੱਲਾਂ ਕਰਕੇ ਟਾਈਮ ਹੀ ਖਰਾਬ ਹੀ ਕਰਨਾ, ਜਦੋਂ ਲੋਕਾਂ ਨਹੀਂ ਹਰਾਤੇ। ਇੱਕ ਬਟਨ ਨਾਲ 2 ਸਿੱਟੇ ਨੇ ਅੰਮ੍ਰਿਤਸਰੀਆਂ ਨੇ, ਉਹਨਾਂ ਨੇ ਇੱਕ ਬਟਨ ਹੈ, ਬਟਨ ਇੱਕ ਦੱਬਿਆ, ਡਿੱਗੇ 2 ਨੇ, ਔਰ ਦੋਨੇ ਆਪਸ ਗੱਲਾਂ ਕਰ, ਉਹ ਲੰਬੂ ਏ, ਉਹ ਤੂੰ ਏ, ਲੋਕ ਕਹਿੰਦੇ ਤੁਸੀਂ ਲੜੀ ਜਾਓ ਯਾਰ, ਤੁਹਾਨੂੰ ਕੰਮ ਕਰ ਲੈਣ। ਸੋ ਇਹ ਜਿਹੜੀ ਭਾਸ਼ਾ ਦੀ ਮਰਿਆਦਾ ਵਾਲੀ ਜਿਹੜੀ ਹੈ ਨਾ, ਇਹ ਸਾਡੇ ਕਮੀ ਤਾਂ ਹੈ ਕਿਉਂਕਿ ਜਿਹੜੇ ਇਹ ਲੀਡਰ ਨੇ ਨਾ, ਇਹ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਹੋਏ ਨੇ, ਸਰਕਾਰੀ ਸਕੂਲਾਂ 'ਚ ਨਾ ਤਹਿਜੀਬ, ਆਮ ਘਰਾਂ 'ਚ ਤਹਿਜੀਬ ਸਿਖਾਈ ਜਾਂਦੀ ਹੈ ਕਿ ਤੂੰ ਨਹੀਂ ਕਹਿਣਾ ਪੁੱਤ, ਤੁਸੀਂ ਕਹਿਣਾ, ਜੇ ਉਹ ਹੋਰ ਵੀ ਜ਼ਿਆਦਾ ਰਿਸਪੈਕਟੇਬਲ ਹੈ ਆਪ ਜੀ, ਇਹ ਆਪਣੇ ਸਿਖਾਇਆ ਜਾਂਦਾ, ਇਹਨਾਂ ਦੇ ਇਕੱਲਾ ਯੂ ਹੈ, ਯੂ 'ਚ ਤੂੰ ਹੀ ਹੁੰਦਾ ਬਸ, ਇਸ ਕਰਕੇ ਉਹਨੂੰ ਪਤਾ ਹੀ ਨਹੀਂ।
ਵੀ ਕਿਹਨੂੰ ਕੀ ਕਹਿਣਾ, ਕੌਣ ਵੱਡਾ ਕੌਣ ਛੋਟਾ, ਯੂਹ ਨਾ ਤਾਂ ਪਤਾ ਹੀ ਨਹੀਂ ਲੱਗਦਾ, ਤੂੰ ਨਾ ਪਤਾ ਲੱਗਦਾ, ਛੋਟੇ ਨੂੰ ਤੂੰ ਕਹਿੰਦੇ ਆਪਾਂ, ਵੱਡੇ ਨੂੰ ਤੁਸੀਂ ਕਹਿੰਦੇ ਆ, ਇੱਥੇ ਯੂਹ 'ਚ ਤਾਂ ਨਹੀਂ ਪਤਾ ਲੱਗਦਾ ਨਾ। ਸੋ ਆਪਣੀ ਭੋਸ਼ ਕਦੇ ਬੋਲੀ ਤਾਂ ਇਹਨਾਂ ਨੇ ਆਪ, ਅਖਬਾਰ ਨਹੀਂ ਪੜ੍ਹ ਸਕਦੇ ਪੰਜਾਬੀ ਦਾ, ਲੈ ਸ਼ਰਤ ਲਾਓ, ਅਖਬਾਰ ਨਹੀਂ ਪੜ੍ਹ ਸਕਦੇ ਪੰਜਾਬੀ ਦਾ, ਇਹ ਉਹ ਸਾਡੇ ਪੰਜਾਬੀ ਦੇ ਨੰਬਰਦਾਰ ਬਣਦੇ ਆ। ਹੁਣ ਉਹ ਦੋਨਾਂ ਦੀ ਫੋਟੋ ਦੇਖੀ, ਸੁਖਬੀਰ ਬਲ ਅਤੇ ਮਨਪ੍ਰੀਤ ਬਲ ਦੀ ਕਿਤਾਬ ਜੀ, ਕਿਤਾਬ ਜੀ ਚੱਕੀ ਬੈਠੇ ਤੇ ਐਂ ਦੱਸੀ ਜਾਂਦਾ ਮਨਪ੍ਰੀਤ ਬਾਦਲ ਵੀ ਤੁਸੀਂ ਤੀਜੇ ਤੇ ਅਸੀਂ ਚੌਥੇ ਤੇ, ਚੱਲ ਨੀਟੂ ਸ਼ਟਰਾਂ ਤੋਂ ਉੱਪਰ ਰਹਿ ਗਏ, ਇੱਕੋ ਘਰ 'ਚ ਦੋ ਝੰਡੇ ਨੇ, ਕੰਧ ਸਾਂਝੀ ਹੈ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਇੱਕੋ ਘਰ ਦੋ ਝੰਡੇ, ਇੱਕ ਕਾਦੀਆਂ ਘਰ ਹੈ ਬਾਜਵੇ ਦਾ, ਉਹਦੇ ਗਰਾਊਂਡ ਫਲੋਰ 'ਤੇ ਕਾਂਗਰਸ ਦਾ ਹੈ, ਫਸਟ ਫਲੋਰ 'ਤੇ BJP ਦਾ, ਉਹ ਵੀ ਇੱਕੋ ਘਰ 'ਚ ਦੋ ਝੰਡੇ, ਜੇ 12 ਪੌੜੀਆਂ ਚੜ੍ਹ ਜੇ ਬਾਜਵਾ ਗਲਤੀ ਨਾਲ BJP ਸ਼ਾਮਿਲ ਹੋ ਜੂਗਾ। ਇਹ ਸਾਨੂੰ ਸਿਖਾਉਣਗੇ ਯਾਰ ਕਿ ਜੀ ਕਿਵੇਂ ਚਲਾਉਣਾ ਪੰਜਾਬ ਜਾਂ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ, ਇਹ ਦੱਸਣਗੇ ਸਾਨੂੰ। ਮੈਨੂੰ ਤਾਂ ਬਸ ਇਸੇ ਗੱਲ ਦਾ ਦੁੱਖ ਹੈ ਵੀ ਇਹਨਾਂ ਦੀ ਗੱਲ ਇਹ ਦੱਸਣਗੇ ਸਾਨੂੰ ਹੁਣ ਕਿ ਪੰਜਾਬ ਕੀ ਹੁੰਦਾ, ਪੰਜਾਬ ਦੇ ਕਿਸਾਨ ਦਾ ਦਰਦ ਕੀ ਹੈ, ਮਜ਼ਦੂਰ ਦਾ ਕੀ ਹੈ। ਕਦੇ ਦਿਹਾੜੀਆਂ ਪੁੱਛਣ ਗਏ ਆ, ਕਦੇ ਦੋ ਵੀਲ ਵਾਲੇ ਇੰਜਣ ਦੇ ਸਿਲੈਂਸਰ ਮੂਹਰੇ ਮੱਛਰਦਾਨੀ ਲਾ ਕੇ ਸੁੱਤੇ ਆ, ਕਦੇ ਵੱਟਾਂ ਪੋਚੀਆਂ, ਪੁੱਛੋ ਇਹਨਾਂ ਨੂੰ। ਮਹਿੰਗੀਆਂ ਗੱਡੀਆਂ 'ਚ, ਮਹਿੰਗੇ ਸਕੂਲਾਂ 'ਚ ਪੜ੍ਹ ਕੇ ਉਹ ਲਾ ਕੇ ਐਨਕਾਂ ਗਾਲਾਂ ਕੱਢਣ ਨੂੰ ਆ ਜਾਂਦੇ ਨੇ। ਉਹ ਕੈਪਟਨ ਅਮਰਿੰਦਰ ਕਹਿੰਦਾ ਭਗਵੰਤ ਮਾਨ ਨੂੰ ਤਜਰਬਾ ਨਹੀਂ, ਮੈਂ ਕਿਹਾ ਲੋਕ ਦੁਖੀ ਤਜਰਬੇਕਾਰਾਂ ਤੋਂ ਨੇ, ਤਜਰਬਾ ਨਹੀਂ। ਅਤੇ ਮਹਾਰਾਣੀ ਕੋਲ ਬਹੁਤ ਤਜਰਬਾ ਸੀ, ਗਾਂਧੀ ਨੇ ਹਰਾਤੀ ਸੀ, ਢੀਂਡਸੇ ਕੋਲ ਬਹੁਤ ਤਜਰਬਾ ਸੀ, ਸਿੰਗਲੇ ਕੋਲ ਬਹੁਤ ਤਜਰਬਾ ਸੀ, ਅੱਜ ਹਰਾਤੇ ਸੀ ਉਹ। ਤਜਰਬਾ ਹੌਲੀ ਹੌਲੀ ਆਉਂਦਾ ਹੁੰਦਾ, ਸਿੱਖ ਕੇ ਹੋ ਜੂਗਾ, ਐਂ ਹੁਣ ਕੋਈ ਜੰਮਦਾ ਹੀ ਬੰਦਾ ਥੋੜ੍ਹੀ ਕੋਈ ਬਣ ਜਾਂਦਾ। ਤਜਰਬਾ ਲੋਕਾਂ 'ਚੋਂ ਹੀ ਲਈਦਾ, ਕੰਮ ਕਰਕੇ, ਗਲਤੀਆਂ ਕਰਕੇ। ਜੇ ਸਿਆਣੇ ਕਹਿੰਦੇ ਜਿਹਨੇ ਕੋਈ ਗਲਤੀ ਨਹੀਂ ਕੀਤੀ ਤਾਂ ਮਤਲਬ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਤੋ ਤੁਹਾਡੇ ਨਾਲ ਖੜਾਂਗੇ, ਕੋਈ ਫੈਸਲੇ ਇਹੋ ਜਿਹੇ ਵੀ ਹੁੰਦੇ ਨੇ ਜਿਹੜੇ ਦੇਰ ਹੋ ਜਾਂਦੀ ਹੈ, ਜਿਨ੍ਹਾਂ 'ਚ ਕਰਨ ਨੂੰ ਸਿਸਟਮ ਪੁਰਾਣਾ, ਉਹਨੂੰ ਗਰੀਸ ਕਰਨੀ ਹੈ, ਸਿਸਟਮ ਨੂੰ ਫਾਸਟ ਕਰਨਾ, ਕਰੀ ਜਾਂਦੇ ਹਾਂ ਹਰ ਰੋਜ਼, ਇੱਕਦਮ ਨਹੀਂ ਹੁੰਦਾ ਸਾਰਾ ਕੁਛ, ਹਰ ਰੋਜ਼ ਕੋਈ ਨਾ ਕੋਈ ਤਰੀਕਾ ਲੱਭ ਕੇ ਆਪਾਂ ਕਰ ਰਹੇ ਹਾਂ ਕਿ ਆਹ ਹੁਣ ਪਹਿਲਾਂ ਮਊ ਆਣੇ ਹੁੰਦਾ ਸੀ, ਆਹ ਹੁਣ ਆਉਣ ਵਾਲੇ ਦਿਨਾਂ 'ਚ, ਦੋ ਚਾਰ ਦਿਨਾਂ 'ਚ ਅਮਰਗੜ੍ਹ ਦੇ ਨੇੜੇ, ਬਾਗੜੀਆਂ ਨੇੜੇ ਤੋਲਾਵਾਲ ਪਿੰਡ ਹੈ, ਉੱਥੇ ਖੁੱਲੂਗਾ ਡਰਾਈਵਿੰਗ ਸਕੂਲ, ਜਿਹੜਾ ਪਹਿਲਾਂ ਮਊ ਆਣੇ ਹੁੰਦਾ ਸੀ, ਜਿਹੜਾ ਉਹ ਇੱਥੇ ਲਿਆਵਾਂਗੇ। ਇੱਕ ਦੁਆਬੇ 'ਚ ਲੈ ਕੇ ਜਾਵਾਂਗੇ, ਇੱਕ ਮਾਝੇ 'ਚ ਦੇਵਾਂਗੇ, ਤਾਂ ਕਿ ਲੋਕਾਂ ਨੂੰ ਇੱਧਰ ਉੱਧਰ ਆਉਣ ਦੀ ਉਹ ਨਾ ਰਹੇ। ਕੱਲ੍ਹ ਨੂੰ ਕੈਬਨਿਟ ਜਲੰਧਰ ਕਰਨ ਦਾ ਮਤਲਬ ਹੈ ਸਰਕਾਰ ਤੁਹਾਡੇ ਦੁਆਰ, ਅਸੀਂ ਲੋਕਾਂ ਨੂੰ ਚੰਡੀਗੜ੍ਹ ਨਹੀਂ ਬੁਲਾਉਣਾ ਚਾਹੁੰਦੇ, ਚੰਡੀਗੜ੍ਹ ਨੂੰ ਲੋਕਾਂ ਦੇ ਕੋਲ ਲੈ ਕੇ ਜਾਣਾ ਚਾਹੁੰਦੇ ਹਾਂ। ਅਸੀਂ ਜਾਈਏ ਲੋਕਾਂ ਕੋਲ, ਲੋਕਾਂ ਦੀਆਂ ਸਮੱਸਿਆ, ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ ਨੂੰ ਪਿੰਡੋਂ ਸ਼ਹਿਰ ਤੱਕ ਜਾਣ ਵਾਸਤੇ ਵੀ ਇੱਕ ਬੰਦੇ ਦੀ ਲੋੜ ਪੈਂਦੀ ਹੈ, ਬਜ਼ੁਰਗ ਨੇ, ਕੋਈ ਉਹਨਾਂ ਕੋਲ ਵਾਹਨ ਨਹੀਂ, ਕੋਈ ਕਿਸੇ ਨਾ ਕਿਸੇ ਦੀਆਂ ਮਿੰਨਤਾਂ ਤਰਲੇ ਆਸਾਨ ਕਰਾਉਣਾ ਪੈਂਦਾ। ਜੇ ਉੱਥੇ ਚਲੇ ਗਏ DC, ADC ਉਹਨਾਂ ਦੇ ਪਿੰਡ ਹੀ ਚਲੇ ਗਏ, ਉਹ ਜਾ ਕੇ ਪੈਦਲ ਤੁਰ ਕੇ ਜਾ ਕੇ ਆਪਦੇ ਪੇਪਰ ਥੱਲੇ ਕੰਮ ਕਰਾ ਲੂਗਾ, ਹੋਊਗਾ ਇਹ? ਮੈਂ, ਮੇਰੇ 32 ਦੰਦ ਨੇ, ਮੈਂ ਜੋ ਕਹਿਣਾ ਜੀ ਮੈਂ ਉਹੀ ਕਹਿਣਾ ਜੋ ਮੈਂ ਕਰ ਸਕਦਾ, ਜੋ ਮੈਂ ਨਹੀਂ ਕਹਿੰਦਾ ਮੈਂ ਕਹਿੰਦੇ ਮੈਂ ਨਹੀਂ ਕਰ ਸਕਦਾ ਜੀ, ਇਹ ਜੋ ਮੈਂ ਕਰ ਸਕਦਾ ਉਹ ਮੈਂ ਕਹਿ ਦਿੰਦਾ। ਸੋ ਮੈਂ ਪਹਿਲਾਂ ਕਹਿੰਦਾ ਸੀ, ਮੈਂ ਤਾਂ
ਜਦੋਂ ਮੈਨੂੰ ਪੱਤਰਕਾਰ ਨੇ ਪੁੱਛਿਆ 2019 'ਚ ਕਹਿੰਦੇ ਅਕਾਲੀ ਦਲ ਦਾ ਕੀ ਬਣੂ, ਮੈਂ ਕਿਹਾ 2019, ਮੈਂ ਕਿਹਾ 1920 'ਚ ਸ਼ੁਰੂ 2019 'ਚ ਖਤਮ, ਨਿਬੜ ਗਿਆ ਕੰਮ, ਨਿਬੜ ਗਿਆ ਕੰਮ ਹੁਣ, ਠੀਕ ਹੈ ਨਾ। ਸੋ ਜਦੋਂ ਤੁਸੀਂ ਲੋਕ ਪੱਖੀ ਨੀਤੀਆਂ ਛੱਡ ਦੋਗੇ, ਜਦੋਂ ਤੁਸੀਂ ਪਰਿਵਾਰ ਨੂੰ ਪਾਲਣ ਲੱਗ ਜਾਓਗੇ, ਜਦੋਂ ਤੁਸੀਂ ਮਾਫੀਆ ਪਾਲਣ ਲੱਗ ਜਾਓਗੇ, ਤਾਂ ਲੋਕ ਜਿਹੜੇ ਨੇ ਉਹ ਪਤਾ ਨਹੀਂ ਲੱਗਦਾ ਫਿਰ ਕਦੋਂ ਛੱਡ ਜਾਂਦੇ ਨੇ। ਉਹੀ ਲੋਕ ਛੱਡ ਗਏ ਜਿਹੜੇ ਪਹਿਲਾਂ ਸਾਥ ਦਿੰਦੇ ਸੀ। ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ, ਖੁਸ਼ ਵੀ ਹੋ, ਤੁਹਾਨੂੰ ਵਧਾਈ ਵੀ ਦਿੰਦਾ, ਕੰਮ ਤੁਸੀਂ ਕੀਤਾ, ਕਿਉਂਕਿ ਅਸੀਂ ਤਾਂ ਰੋਡ ਸ਼ੋਅ ਕਰਕੇ ਜਾਂ ਰੈਲੀ ਕਰਕੇ ਚਲੇ ਜਾਂਦੇ ਹਾਂ, ਲੋਕਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ, ਲੋਕਾਂ ਦੀਆਂ ਸਮੱਸਿਆਵਾਂ ਸਾਹਮਣਾ। ਆਉਣ ਵਾਲੇ ਦਿਨਾਂ 'ਚ 2-4 ਇਹੋ ਜਿਹੀਆਂ ਸਕੀਮਾਂ ਆਉਣਗੀਆਂ, ਤੁਸੀਂ ਖੁਸ਼ ਹੋਵੋਗੇ, ਤੁਸੀਂ ਮਾਣ ਸਤਿਕਾਰ ਨਾਲ ਦੱਸੋਗੇ ਅਸੀਂ ਆਮ ਆਦਮੀ ਪਾਰਟੀ ਵਾਲੇ ਹਾਂ। ਬੁਢਾਪਾ ਪੈਨਸ਼ਨ ਅਤੇ ਰਾਸ਼ਨ, ਵਿਧਵਾ ਪੈਨਸ਼ਨ, ਜਿੰਨੀ ਕਿਸਮ ਦੀਆਂ ਸਰਵਿਸਾਂ ਨੇ ਉਹ ਸਾਰੀਆਂ ਘਰੇ ਡੋਰ ਟੂ ਡੋਰ ਡਿਲੀਵਰੀ ਹੋਊਗੀ, ਇੱਧਰ ਉੱਧਰ ਆਉਣ ਦੀ ਲੋੜ ਨਹੀਂ ਪੈਣੀ ਤੁਹਾਨੂੰ। ਔਰ ਉਹਦੇ ਵਿੱਚੋਂ ਨੌਕਰੀਆਂ ਵੀ ਮਿਲਣਗੀਆਂ, ਰੋਜ਼ਗਾਰ ਮਿਲੂਗਾ, ਕਿ ਬੈਂਕਾਂ ਨੂੰ ਬੰਦੇ ਚਾਹੀਦੇ ਹੋਣਗੇ ਜਿਹੜੇ ਘਰਾਂ 'ਚ ਡਿਲੀਵਰੀ ਕਰਨ, ਅਸੀਂ ਉਹ ਸਾਰੇ ਤੁਹਾਡੇ 'ਚੋਂ ਹੀ ਰੱਖਣੇ ਹੈ ਕਿ ਤੁਸੀਂ ਘਰਾਂ ਨੂੰ ਜਾਣਦੇ ਹੋ ਉਹਨਾਂ ਨੂੰ ਸਾਰਿਆਂ ਨੂੰ। ਕਿਸੇ ਦਾ ਮੈਂ ਇਸ ਕਰਕੇ ਰਾਸ਼ਨ ਨਹੀਂ ਕੱਟਦਾ, ਕਿਸੇ ਦਾ ਮੈਂ ਬੁਢਾਪਾ ਪੈਨਸ਼ਨ ਜਾਂ ਵਿਧਵਾ ਇਸ ਕਰਕੇ ਨਹੀਂ ਕੱਟਦਾ ਮੈਂ ਕਿ ਫਲਾਨੀ ਪਾਰਟੀ ਦੇ ਨੇ, ਨਾ, ਉਹ ਕੋਈ ਸਾਡੇ ਇੱਦਾਂ ਦਾ ਕੋਈ ਬਦਲਾਖੋਰੀ ਦੀ ਭਾਵਨਾ ਨਹੀਂ। ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ, ਪਰ ਮੁੱਖ ਮੰਤਰੀ ਤਾਂ ਉਹਨਾਂ ਦੇ ਵੀ ਹੈਗੇ ਆ ਨਾ। ਤੋ ਸਾਰੇ ਪੰਜਾਬ ਦੀ ਉਹ ਸੇਵਾ ਕਰਨੀ ਹੈ, ਸਾਰਾ ਪੰਜਾਬ ਤਰੱਕੀ ਕਰੂਗਾ ਤਾਂ ਨੰਬਰ 1 ਸੂਬਾ ਬਣੂਗਾ। ਕਿਸੇ ਦੀ ਲੀਹ ਛੋਟੀ ਕਰਕੇ ਆਪਦੀ ਲੀਹ ਵੱਡੀ ਨਹੀਂ ਕਰਨੀ, ਆਪਣੇ ਵਾਲੀ ਲਕੀਰ ਹੀ ਵੱਡੀ ਕਰਨੀ ਹੈ। ਦੋਨੇ ਹੱਥ ਉੱਪਰ ਚੱਕ ਕੇ 2 ਨਾਰੇ ਲਾ ਕੇ ਸਾਡਾ ਹੌਸਲਾ ਵਧਾ ਦਿਓ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ ਟੀਵੀ, ਔਰ ਬੈਲ ਆਈਕਨ ਦਬਾਨਾ ਨਾ ਭੁਲੇ।